ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਹੀਰੇ ਪੰਜਾਬ ਦੇ ਲੈ ਕੇ ਮੈਂ ਹੈਪੀ ਰਣਦੇਵ ਹਾਜ਼ਰ ਹਾਂ ਅਤੇ ਦੋਸਤੋ ਅੱਜ ਅਸੀਂ ਹੈਗੇ ਹਾਂ ਲੁਧਿਆਣੇ ਅਤੇ ਤੁਹਾਨੂੰ ਇੱਕ ਬਹੁਤ ਹੀ ਪੰਜਾਬ ਦੇ ਮਸ਼ਹੂਰ ਸਿੰਗਰ ਜਿਨ੍ਹਾਂ ਨੇ ਸਵਰਗੀ ਅਮਰ ਸਿੰਘ ਜੀ ਚਮਕੀਲਾ ਤੋਂ ਲੈ ਕੇ ਕਰਤਾਰ ਰਮਲਾ ਜੀ ਤੋਂ ਲੈ ਕੇ ਪੰਜਾਬ ਦੇ ਤਕਰੀਬਨ ਸਾਰੇ ਹਿੱਟ ਕਲਾਕਾਰਾਂ ਦੇ ਨਾਲ ਡਿਊਟ ਗਾਏ ਨੇ ਉਹਨਾਂ ਦਾ ਆਪਣਾ ਵੀ ਬਹੁਤ ਵਧੀਆ ਮਿਊਜ਼ੀਕਲ ਗਰੁੱਪ ਹੈ ਆਪ ਵੀ ਖੁਦ ਅੱਜ ਤੱਕ ਬਹੁਤ ਵਧੀਆ ਗੀਤ ਗਾ ਰਹੇ ਨੇ ਅਤੇ ਮੈਂ ਤੁਹਾਨੂੰ ਮਿਲਾਉਣ ਲੱਗਾ ਜੀ ਲੁਧਿਆਣੇ ਦੇ ਨਹੀਂ ਬਲਕਿ ਪੂਰੇ ਪੰਜਾਬ ਦੇ ਜਾਂ ਪੂਰੇ ਸੰਸਾਰ ਦੇ ਪ੍ਰਸਿੱਧ ਗਾਇਕਾ ਸ਼੍ਰੀਮਤੀ ਊਸ਼ਾ ਕਿਰਨ ਜੀ ਦੇ ਨਾਲ ਅਤੇ ਆਓ ਤੁਹਾਨੂੰ ਮਿਲਾਉਂਦੇ ਹਾਂ ਮੇਰੇ ਨਾਲ ਨੇ ਊਸ਼ਾ ਕਿਰਨ ਜੀ ਅਤੇ ਉਹਨਾਂ ਦੇ ਹਸਬੈਂਡ ਮੌਜੀ ਦੁਗਰੀ ਵਾਲਾ ਜੀ ਅਤੇ ਅਸੀਂ ਬੈਠੇ ਉਹਨਾਂ ਦੇ ਘਰ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਭਾਅ ਜੀ ਅੱਛਾ ਭੈਣ ਜੀ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਨੇ ਉਹ ਤੁਹਾਡੇ ਨਾਮ ਤੋਂ ਭਲੀ ਭਾਂਤ ਜਾਣੂ ਨੇ ਕਿਉਂਕਿ ਤੁਸੀਂ ਪੰਜਾਬੀ ਸੰਗੀਤ ਨੂੰ ਜਾਂ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਬੜੇ ਹਿੱਟ ਗੀਤ ਜਿਹੜੇ ਦਿੱਤੇ ਨੇ ਅਤੇ ਤੁਹਾਡੇ ਬਾਰੇ ਜਾਣਨਾ ਚਾਹੁੰਗੇ ਭਾਅ ਜੀ ਬਾਰੇ ਵੀ ਔਰ ਤੁਹਾਡੇ ਬਾਰੇ ਵੀ ਥੋੜ੍ਹਾ ਡਿਟੇਲ 'ਚ ਜਾਣਨਾ ਚਾਹੁੰਗੇ ਕਿ ਤੁਸੀਂ ਵੈਸੇ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਤੁਹਾਡਾ ਜਨਮ ਕਿੱਥੇ ਹੋਇਆ ਹੈ ਸਾਡਾ ਜਨਮ ਮੇਰਾ ਹੋਇਆ ਜੀ ਤਲਵਾੜਾ ਜੀ ਪਿੰਡ ਡੋਰ ਤਲਵਾੜਾ ਟਾਊਨਸ਼ਿਪ ਹਾਂਜੀ ਜੀ ਠੀਕ ਹੈ ਜੀ ਹਰਿਆਲੀਆਂ ਜੀ ਜੀ ਬਹੁਤ ਵਧੀਆ ਤਾਜ਼ੀ ਹਵਾ ਸ਼ਿਵਾਲਿਕ ਦੇ ਪੈਰਾਂ 'ਚ ਹਾਂਜੀ ਜੀ ਜੀ ਹਾਂਜੀ ਭਾਅ ਜੀ ਅੱਛਾ ਤੁਹਾਡਾ ਉੱਧਰ ਦਾ ਅਤੇ ਮੌਜੀ ਭਾਅ ਜੀ ਤੁਹਾਡਾ ਵੀ ਉੱਧਰ ਹੀ ਪਿੰਡ ਹੈ ਹਾਂਜੀ ਹਾਂਜੀ ਉੱਧਰ ਹੀ ਹੈ ਜੀ ਮੇਰਾ ਵੀ ਜੀ ਮਕੇਰੀਆਂ ਤੋਂ ਹਾਜੀਪੁਰ ਰੋਡ 'ਤੇ ਜੀ ਖੜਕ ਵੱਲੜਾ ਅੱਛਾ ਜੀ ਪਿੰਡ ਪੈਂਦਾ ਮੇਰਾ ਉੱਥੇ ਦਾ ਮੇਰਾ ਜਨਮ ਹੈ ਜੀ ਜੀ ਅਤੇ ਤਕਰੀਬਨ ਸਾਡੀ ਰਿਸ਼ਤੇਦਾਰੀ ਉਸੇ ਰੋਡ 'ਤੇ ਹੀ ਹੈ ਜੀ ਜੀ ਪਹਿਲਾਂ ਮੇਰਾ ਪਿੰਡ ਆ ਗਿਆ ਜੀ ਫਿਰ ਅਗਲੇ ਪਿੰਡ ਮੇਰੀ ਭੈਣ ਸੀ ਜੀ ਨਾਲ ਹੀ ਬੁੱਢੇਵਾਲ ਪਿੰਡ ਪੈਂਦਾ ਸੀ ਉਹ ਤੋਂ ਅਗਲੇ ਪਿੰਡ ਮੇਰੇ ਨਾਨਕੇ ਆ ਗਏ ਜੀ 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 ਤੇ ਗਾਹਾਂ ਜਾ ਕੇ ਮੇਰੇ ਸਹੁਰੇ ਆ ਗਏ ਇੱਦਾਂ ਹੋਇਆ ਜੀ ਅੱਛਾ ਇਹ ਜਿਹੜੀ ਭੈਣ ਜੀ ਗਾਇਕੀ ਆ ਇਹ ਮੈਰੀ ਤੋਂ ਬਾਅਦ ਆਏ ਹੋ ਗਾਇਕੀ ਲਾਈਨ 'ਚ ਕਿ ਪਹਿਲਾਂ ਤੁਸੀਂ ਨਹੀਂ ਪਹਿਲਾਂ ਤਾਂ ਸਾਡੇ ਕੋਈ ਨਹੀਂ ਸੀ ਗਾਉਂਦਾ ਅੱਛਾ ਮੈਰਿਜ ਤੋਂ ਬਾਅਦ ਅਤੇ ਫਿਰ ਮੈਰਿਜ ਤੋਂ ਬਾਅਦ ਤੁਸੀਂ ਦੋਨੋਂ ਸ਼ਿਫਟ ਹੋ ਗਏ ਫਿਰ ਲੁਧਿਆਣਾ ਹਾਂਜੀ 2 ਮਹੀਨਿਆਂ ਬਾਅਦ ਸ਼ਿਫਟ ਹੋ ਗਏ ਇਹਨਾਂ ਨੂੰ ਸ਼ੌਂਕ ਸੀ ਜ਼ਿਆਦਾ ਅੱਛਾ ਗਾਇਕੀ ਦਾ ਠੀਕ ਹੈ ਅਤੇ ਇਹ ਤਾਂ ਪਹਿਲਾਂ ਕਿਸੇ ਹੋਰ ਕੁੜੀ ਨਾਲ ਗਾਉਂਦੇ ਸੀ ਜਿੱਦਾਂ ਜੀ ਜੀ ਅੱਛਾ ਅਤੇ ਫਿਰ ਇਹਨਾਂ ਨੇ ਸੋਚਿਆ ਕਿ ਵੀ ਤੁਹਾਨੂੰ ਗਵਾਈ ਹੈ ਹਾਂਜੀ ਮੈਂ 13 ਸਾਲ ਦੀ ਉਮਰ ਸੀ ਜਦੋਂ ਮੈਂ ਮਤਲਬ ਮੈਰਿਜ ਹੋ ਗਈ ਮੇਰੀ ਮੈਰਿਜ ਹੋ ਗਈ ਤੁਹਾਡੀ ਇਹ ਬਸ ਸਮਝ ਲਓ ਕਿ ਬੱਚਿਆਂ ਵਾਂਗੂ ਪਾਲਿਆ ਮੈਨੂੰ ਇਹਨਾਂ ਨੇ ਜੀ ਜੀ ਆਪ ਹੀ ਗੁੱਤਾਂ ਮੇਰੀਆਂ ਕਰਦੇ ਹੁੰਦੇ ਸੀ ਜੀ ਜੀ ਬਹੁਤ ਅਤੇ ਤੁਹਾਨੂੰ ਫਿਰ ਸ਼ੌਕ ਸੀਗਾ ਗਾਉਣ ਦਾ ਕਿ ਭਾਅ ਜੀ ਲੈ ਕੇ ਆਇਆ ਗਾਇਕੀ 'ਚ ਨਹੀਂ ਸ਼ੌਕ ਨਹੀਂ ਸੀਗਾ ਮੈਨੂੰ ਤਾਂ ਪਤਾ ਵੀ ਨਹੀਂ ਸੀ ਹੁੰਦਾ ਇੰਨਾ ਅੱਛਾ ਸ਼ੌਕ ਤਾਂ ਇਹਨਾਂ ਨੇ ਹੀ ਪੈਦਾ ਕੀਤਾ ਉਹ ਵੀ ਪੰਜਾਬੀ ਗੀਤਾਂ ਦਾ ਹਾਂਜੀ ਪੰਜਾਬੀ ਗੀਤਾਂ ਦਾ ਅਤੇ ਤੁਸੀਂ ਭਾਅ ਜੀ ਫਿਰ ਉਸ ਮਤਲਬ ਤੁਸੀਂ ਪਹਿਲਾਂ ਸੋਲੋ ਗਾਉਂਦੇ ਸੀਗੇ ਕਿ ਜਾਂ ਪਹਿਲਾਂ ਡਿਊਟ ਗਾਉਂਦੇ ਸੀ ਉੱਥੋਂ ਮੈਂ ਸਭ ਤੋਂ ਪਹਿਲਾਂ ਭਾਅ ਜੀ ਜਿਹੜੇ ਪ੍ਰਾਇਮਰੀ ਸਕੂਲ ਹੁੰਦੇ ਸੀ ਨਾ ਜੀ ਹੈਗੇ ਤਾਂ ਹੁਣ ਵੀ ਆ ਲੇਕਿਨ ਉਦੋਂ ਹੋਰ ਚੀਜ਼ ਹੁੰਦੀ ਸੀ ਮਾਹੌਲ ਸੀਗਾ ਉਦੋਂ ਹੋਰ ਮਾਹੌਲ ਸੀਗਾ ਕਿਉਂਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਇੱਕ ਬਾਲ ਸਭਾ ਲੱਗਦੀ ਸੀ ਸੈਚਰਡੇ ਨੂੰ ਸ਼ਨੀਵਾਰ ਨੂੰ ਉਹਦੇ ਵਿੱਚ ਮੈਂ ਕੋਈ ਨਾ ਕੋਈ ਲੇਡੀਜ਼ ਕੱਪੜੇ ਪਾ ਕੇ ਰੋਲ ਅਦਾ ਕਰਨਾ ਕੋਈ ਦੇਸ਼ ਪਿਆਰ ਗੀਤ ਦਾ ਐਕਟਿੰਗ ਵੀ ਨਾਲ ਕਰਦੇ ਸੀਗੇ ਐਕਟਿੰਗ ਵੀ ਨਾਲ ਕਰਦਾ ਸੀ ਹਾਂਜੀ ਮੈਂ ਪਾਇਲਟ ਦੀ ਹਾਂ ਨਾਰ ਕੁੜੀਓ ਮੈਨੂੰ ਦੇਸ਼ ਨਾਲ ਬੜਾ ਪਿਆਰ ਕੁੜੀਓ ਇੱਦਾਂ ਦੇ ਗੀਤ ਮੈਂ ਬਾਲ ਸਭਾ ਦੇ ਵਿੱਚ ਗਾਉਂਦਾ ਹੁੰਦਾ ਸੀ ਤਾਂ ਮੈਨੂੰ ਇੱਕ ਕਾਪੀ ਦਾ ਇੱਕ ਪੈਨਸਲ ਨਾਮ 'ਚ ਮਿਲਣਾ ਜਦੋਂ ਮਾਣ ਮਿਲਦਾ ਸੀ ਤਾਂ ਮੈਨੂੰ ਥੋੜ੍ਹਾ ਜਿਹਾ ਹੋਰ ਵਾਧਾ ਹੋ ਗਿਆ ਫਿਰ ਮੈਂ ਹੌਲੀ ਹੌਲੀ ਘਰ ਦੇ ਹਾਲਾਤ ਜਿਹੜੇ ਸੀ ਕਾਫੀ ਗਰੀਬ ਸੀਗੇ ਗਰੀਬੀ ਵਾਲ ਸੀਗਾ ਕੰਮ ਅਤੇ ਸਰਦਾ ਨਹੀਂ ਸੀ ਹੌਲੀ ਹੌਲੀ ਫਿਰ ਪੜ੍ਹਾਈ ਵੀ ਮੇਰੀ ਥੋੜ੍ਹੀ ਸਕੂਲ ਵੱਲੋਂ ਫ੍ਰੀ ਹੋਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਫਿਰ ਸ਼ੌਕ ਜਾਗਦਾ ਗਿਆ ਫਿਰ ਮੈਂ ਕੁਝ ਪੇਂਡੂ ਘਰੇਲੂ ਜਗਰਾਤੇ ਜਿਹੜੇ ਅਸੀਂ ਪਿੰਡਾਂ 'ਚ ਹੁੰਦੇ ਸੀ ਉਹਨਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰਤਾ ਜਿਹਦੇ 'ਚੋਂ ਮੈਨੂੰ 1 ਰੁਪਈਆ ਮਿਲਦਾ ਹੁੰਦਾ ਸੀ ਉਸ ਤੋਂ ਬਾਅਦ ਫਿਰ ਮੈਨੂੰ 50 ਰੁਪਈਏ ਮਿਲਣੇ ਸ਼ੁਰੂ ਹੋਏ ਹੌਲੀ ਹੌਲੀ ਹੌਸਲਾ ਬੁਲੰਦ ਹੋ ਗਿਆ ਅਤੇ ਉਸ ਤੋਂ ਬਾਅਦ ਫਿਰ ਡੈਡੀ ਮੇਰੇ ਚੱਲਦੇ ਵਸੇ ਫਿਰ ਸਾਰੀ ਜ਼ਿੰਮੇਵਾਰੀ ਸਿਰ 'ਤੇ ਪੈ ਗਈ ਫਿਰ ਮੈਂ ਲੁਧਿਆਣੇ ਆ ਗਿਆ ਲੁਧਿਆਣੇ ਮੈਂ ਆਇਆ ਸੀਗਾ ਜੀ ਚੰਨ ਪ੍ਰੀਤਮ ਬਾਲਾ ਜਿਨ੍ਹਾਂ ਦਾ ਗੀਤ ਸੀਗਾ ਭਾਈ ਕੈਮਰੇ ਵਾਲਿਆ ਮੇਰੀ ਫੋਟੋ ਲਾ ਦੇ ਮੈਂ ਉਹਨਾਂ ਦੇ ਕੋਲ ਆ ਕੇ ਅਤੇ ਫਿਰ ਮੈਂ ਇਸ ਸੰਗੀਤ ਜਿਹੜਾ ਸਿੱਖਣਾ ਸ਼ੁਰੂ ਕੀਤਾ ਦੋਨੋਂ ਆ ਗਏ ਤੁਸੀਂ ਮੈਂ ਇਕੱਲਾ ਆਇਆ ਅੱਛਾ ਪਹਿਲਾਂ ਇਕੱਲੇ ਆਏ ਹਾਂਜੀ ਮੈਂ ਲੁਧਿਆਣੇ 'ਚ ਇਕੱਲਾ ਆਇਆ ਉਸ ਤੋਂ ਬਾਅਦ ਫਿਰ ਵਿਆਹ ਦੀ ਚਰਚਾ ਹੋਣ ਲੱਗੀ ਅਤੇ ਮੈਂ ਪਹਿਲੀ ਸ਼ਰਤ ਰੱਖੀ ਸੀ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਾਉਣਾ ਜਿਹੜੇ ਨਾਲ ਮੇਰੇ ਨਾਲ ਗਾਊਗੀ ਅਤੇ ਤੁਹਾਨੂੰ ਪਤਾ ਕਿ ਪਿੰਡਾਂ ਦੇ ਵਿੱਚ ਤਾਂ ਇਹ ਰਿਵਾਜ਼ ਹੈ ਨਹੀਂ ਸੀਗੇ ਉਦੋਂ ਤਾਂ ਵਿਚਾਰ ਵਟਾਂਦਰੇ ਬਹੁਤ ਹੁੰਦੇ ਸੀ ਹੈ ਨਾ ਜੀ ਉਹ ਹੋਇਆ ਕਿ ਇਹ ਵੀ ਤੁਹਾਨੂੰ ਸ਼ੁਗਲ ਵਾਲੀ ਗੱਲ ਦੱਸਾਂ ਜਦੋਂ ਸਾਡੇ ਮੰਗਣੀ ਹੋਣ ਲੱਗੀ ਹੈ ਨਾ ਤਾਂ ਮੈਂ ਪਹਿਲਾਂ ਫੋਟੋ ਮੰਗੀ ਅੱਛਾ ਮੈਂ ਕਿਹਾ ਵੀ ਮੈਨੂੰ ਕੁੜੀ ਦੀ ਫੋਟੋ ਦਿਖਾਓ ਪਹਿਲਾਂ ਮੇਰਾ ਜਿਹੜੇ ਇਹਨਾਂ ਦੇ ਡੈਡੀ ਸੀਗੇ ਨਾ ਉਹ ਥੋੜ੍ਹੇ ਅੜਬ ਸੁਭਾਅ ਦੇ ਸੀਗੇ ਉਹ ਕਹਿੰਦੇ ਇਹਨੂੰ ਮੇਰੇ ਸਾਹਮਣੇ ਲਿਆਓ ਇਹਨੂੰ ਦਵਾਂ ਫੋਟੋ ਮੈਂ ਹੈ ਜੀ ਕਿਉਂਕਿ ਫੋਟੋ ਨੂੰ ਬੁਰਾ ਮੰਨਦੇ ਸੀਗੇ ਅਤੇ ਫਿਰ ਮੈਂ ਤਾਂ ਵੀ ਬਹੁਤ ਸ਼ਰਮਿੰਦਾ ਜਿਹਾ ਹੋਇਆ ਮੈਂ ਕਿਹਾ ਬਾਕੀ ਸੀਗਾ ਨਹੀਂ ਰਿਵਾਜ਼ ਚੱਲਦਾ ਹੈ ਚਲੋ ਜੀ ਹੋ ਗਿਆ ਫਿਰ ਇਹਨਾਂ ਨੂੰ ਉਸਤਾਦ ਹੋਣੀ ਗਏ ਸਾਡੇ
चरणप्रीत माला जी, इन्होंने जिस तरह से हालातों का ब्याह किया करके फिर असं इतने आ गए, फिर इन्होंने लुधियाने आ गए। अच्छा एक सवाल मेरे को विसर गया जी, मौजी दुगरी वाला, वैसे तुहाडा नाम पूरा नाम की है? मेरा नाम है रामजीत मौजी। अच्छा रामजीत मौजी, क्योंकि मैं टेंशन दे विच नहीं कद रहा जी, मैं हमेशा ही हासे खेडे दे मौज मस्ती दे विच रहना, ये तुहानूं जे टेंशन पईए तां फिर हालात खराब हो जांदे आ, ते इस करके मेरा नाम मौजी पाउणा शुरू करता, दोस्तां मित्रां ने मैनूं मौजी कहण लगे सारे, ते मां प्यो ने नाम रख्या सी रामजीत। बचपन तों मौजी तुहाडा तखल्लस सी? मौजी तखल्लस है जी, हाँ जी। अच्छा जी भैन जी, फिर जो विआह हो गया तो फिर इन्होंने भाजी ने कहा कि गाना, तो फिर एकदम किदा तैयार किया अपने आप में कि हुण मैं गाना? बस हो गया, पता कि सोहने सोहने कपड़े पाने मिलते सीगे जी, तो बस शौक सीगा तैयार होण दा बहुत। अच्छा जी, जिदा जिदा कहा इन्होंने उदा करी गए, मतलब वो तुहाडे शौक सीगे तैयार होना, सोहने कपड़े पाने? हाँ जी, तो उहदे नाल नाल फिर गायकी चलती रही है ना? हाँ जी हाँ जी, कोई घर का काम नहीं सी करना पैंदा, उसी खुशी च बस। फिर जो तुसी लुधियाने भाजी शिफ्ट हो गए, तो फिर प्रोग्राम तो लगते सी उन्होंने दिन? अभी फिर जो विआह हो गया जी, फिर मैं एक दो गीत कढ़ाए, फिर असं कुछ चालू दुकाने जिदा किए दीपते सी, हाँ जी, तो इदा चलते होंगे एक दो उस्ताद के गाने कढ़ गए सी, शुरुआत करनी शुरू करती, तो सब तो पहला असं उस्ताद जी तो जाते ही रहे हैं, तो बिल्ला सपना जी उस वेले उन्होंने मशहूर सी जोड़ी चांदी राम दे शगिरद जी, तो वह सानू लैके गए 250 रुपये च। जोड़ी लैके गए सानू 250 रुपए, उन्होंने पहला प्रोग्राम लाया तो सानू बड़ा हौसला मिलिया, तो असी फिर हौली 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 इदी भी साड़ी गलबात उतो चलती चलती, उस्ताद जी ने कदे इधर भेज देना कदे उधर भेज देना, उ 250 रुपये मिलता हूँ जी, तो चल पिया जी कम रिड़ पिया, हौली हौली भी तैयार होने शुरू हो गए, भी थोड़ा थोड़ा नॉलेज आनी शुरू हो गई भी संगीत की होंगे, इदा साड़ी शुरुआत हुई। तुसी ते बकायदा उस्ताद जी कोल आए, उन्हां कोल म्यूजिक सिखिया, ते फिर इन्हां नूं तुसी सिखाया? इन्हां नूं हाँ जी, जे सिखिया तां कुछ भी नहीं इन्हां ने, हाँ जी, ते क्योंकि इन्हां ने बस गाणा ही शुरू करता नाल दी नाल, तो एवें कहीए भी असीं बहुत वड्डा गायकी दा दौर साडे कोल जी, बहुत कुछ है, इहदा लाइन ही बहुत दूर दी है, बहुत दूर दी, लेकिन इन्हां ने फिर भी जिन्ना कु गाया वधिया गाया, थोड़ा जिहा जिद्दां दो कु गाणे कढ़ाते तीन कढ़ाते इक ਇੱਕ ਗਾਣਾ ਗਾਤਾ ਦੋ ਗਾਤੇ ਕਿਉਂਕਿ ਡਿਊਟ ਜੋੜੀਆਂ ਜਾਂਦੀਆਂ ਸੀ ਨਾ ਜੀ ਜੀ ਮੇਨ ਤੇ ਹੋਰ ਹੁੰਦੇ ਸੀ ਅਸੀਂ ਸਾਈਡ ਤੇ ਚਲੇ ਜਾਣਾ ਜੀ ਜੀ ਇਸ ਤਰ੍ਹਾਂ ਸਟਾਰਟ ਕੀਤਾ ਦੂਸਰੇ ਸਿੰਗਰਾਂ ਦੇ ਗਾਣੇ ਕੱਢ ਕੇ ਤੁਸੀਂ ਗਾਉਣਾ ਹਾਂ ਜਦੋਂ ਤੁਸੀਂ ਲੁਧਿਆਣੇ ਸ਼ਿਫਟ ਹੋਏ ਹੋ ਜਾਂ ਪ੍ਰੋਗਰਾਮ ਲਾਉਣ ਜਾਂਦੇ ਸੀ ਦੂਸਰੇ ਕਲਾਕਾਰਾਂ ਦਾ ਉਦੋਂ ਕਿਹੜੇ ਕਿਹੜੇ ਕਲਾਕਾਰ ਜਿਹੜੇ ਉਹ ਹਿੱਟ ਸੀਗੇ ਲੁਧਿਆਣੇ ਦੇ ਵਿੱਚ ਜਿਨ੍ਹਾਂ ਉਸ ਟਾਈਮ ਲੁਧਿਆਣੇ ਦੇ ਵਿੱਚ ਹਿੱਟ ਸੀਗੇ ਜੀ ਜਦੋਂ ਅਸੀਂ ਸ਼ੁਰੂਆਤ ਕੀਤੀ ਹੈ ਨਾ ਜੀ ਤੇ ਉਸ ਟਾਈਮ ਹਿੱਟ ਸੀਗੇ सब तो ज़्यादा तो मानक जी मार्केट च आए थे जी छिंदा जी भी आए थे मार्केट च लेकिन उस तो पहला बीबा जी जी जमला जी जी चांदी राम जी जी जिन्हां दे नाल भी असी प्रोग्राम किए जी 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 जमला जी दे नाल असी यूपी दे विच धार्मिक प्रोग्राम लाया ही बीबा जी नाल गए थे लैके गए सानू तो इदा मतलब उदो ਇਹਨਾਂ ਦਾ ਨੰਬਰ ਚੰਗਾ ਸੀਗਾ ਜਾਣੀ ਕਿ ਤੁਸੀਂ ਬੀਬਾ ਦੀ ਬੀਬਾ ਜੀ ਦੇ ਦੌਰ ਚ ਆ ਗਏ ਲੁਧਿਆਣੇ ਆ ਗਏ ਲੁਧਿਆਣੇ ਉਸ ਦੌਰ ਚ ਆਏ ਉਸ ਦੌਰ ਚ ਆ ਗਏ ਹਾਂਜੀ ਦਰਦਾਰ ਸੰਧੂ ਜੀ ਉਦੋਂ ਚੱਲਦੇ ਸੀ ਕਹਿੰਦੇ ਹਾਂਜੀ ਸਦੀਕ ਸਾਹਿਬ ਹੋਣਗੇ ਸਦੀਕ ਸਾਹਿਬ ਜੀ ਜੀ ਅਮਨ ਨੂਰੀ ਪਰਮਿੰਦਰ ਸੰਧੂ ਜੀ ਮਤਲਬ ਉਸ ਦੌਰ ਦੇ ਅਸੀਂ ਇਕੱਠੇ ਮਤਲਬ ਤੁਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਪਰਮਿੰਦਰ ਜੀ ਦੇ ਹਾਂਜੀ ਮੇਰੇ ਖਿਆਲ ਸੁਖਵੰਤ ਸੁਖੀ ਜੀ ਕੁਲਵੰਤ ਕੁਲਦੀਪ ਕੌਰ ਇਹ ਵੀ ਉਦੋਂ ਹੀ ਆਏ ਇਹ ਥੋੜੇ ਪਹਿਲਾਂ ਦੇ ਆ 2-4 ਸਾਲ ਦਾ ਇਹਨਾਂ ਦਾ ਹਨਾ ਇਹ ਹਿੱਟ ਸੀਗੇ ਉਦੋਂ ਮਤਲਬ ਇਹਨਾਂ ਦਾ ਗਾਣਾ ਆ ਚੁੱਕਾ ਸੀ ਮੇਰੇ ਖਿਆਲ ਉਦੋਂ ਸੁਣਦੇ ਹੁੰਦੇ ਸੀ ਆਪਾਂ ਜੀ ਬਾਪੂ ਦਾ ਖੁੰਡਾ ਆ ਗਿਆ ਹਾਂ ਜੀ ਸ਼ਾਇਦ ਇਹ ਹੀ ਸੀਗਾ ਰਮਲਾ ਜੀ ਕਾਫੀ ਹਿੱਟ ਸੀ ਉਦੋਂ ਦੁਕਾਨ ਜੀ ਜੀ ਰਮਲਾ ਜੀ ਅੱਛਾ ਭਾਜੀ ਫਿਰ ਜਦੋਂ ਪ੍ਰੋਗਰਾਮਾਂ ਦੇ ਤੁਸੀਂ ਜਾਂਦੇ ਸੀ ਫਿਰ ਤੁਸੀਂ ਆਪਣੀ ਰਿਕਾਰਡਿੰਗ ਬਾਰੇ ਨਹੀਂ ਸੋਚਿਆ ਕੁਛ ਕਿ ਜਾਂ ਤੁਹਾਨੂੰ ਚਾਂਸ ਹੀ ਨਹੀਂ ਦਿੱਤਾ ਚੰਬੀ ਨੇ ਕਿਉਂਕਿ ਬੜਾ ਔਖਾ ਚਾਂਸ ਮਿਲਦਾ ਸੀ ਨਹੀਂ ਜੀ ਮੈਨੂੰ ਇਕੱਲੇ ਨੂੰ ਲੈ ਕੇ ਗਏ ਸੀ ਪਹਿਲਾਂ ਇੱਕ ਨਾ ਉਸਤਾਦ ਦਾ ਗਾਣਾ ਸੀਗਾ ਤਿਗਾਣਾ ਜੀ ਜੇਠ ਦਿਓਰ ਤੇ ਭਰਜਾਈ ਦਾ ਜੀ ਜਿਹਦੇ 'ਚ ਮੈਂ ਦਿਓਰ ਦੇ ਰੋਲ ਦਾ ਰੋਲ ਕੀਤਾ ਸੀਗਾ ਬੋਲ ਸੀ ਮੇਰੇ ਕੋਲ ਅਤੇ ਉਸਤਾਦ ਜੀ ਦਾ ਜੇ ਸੀਗੇ ਜੇਠ ਦੇ ਅਤੇ ਪ੍ਰੀਤਮ ਵਾਲਾ ਜੀ ਸਾਡੇ ਉਸਤਾਦ ਜੀ ਦੇ ਘਰੋਂ ਉਹਨਾਂ ਉਹਨਾਂ ਭਰਜਾਈ ਦਾ ਰੋਲ ਅਦਾ ਕੀਤਾ ਸੀਗਾ ਉਹ ਮੇਰੀ HMB ਦੇ ਵਿੱਚ ਰਿਕਾਰਡਿੰਗ ਜਿਹੜੀ ਸ਼ੁਰੂਆਤ ਹੋਈ ਸੀ ਨਾ ਇਹਨਾਂ ਨੇ ਕਰਵਾਈ ਸੀ ਅੱਛਾ ਜੀ ਉਹਦੀ ਰਿਐਲਿਟੀ ਆਉਂਦੀ ਰਹੀ ਹੈ ਮੈਨੂੰ 99 ਰੁਪਏ 100 ਰੁਪਈਏ 105 ਰੁਪਈਏ 10 ਰੁਪਈਏ ਕਾਫੀ ਦੇਰ ਆਉਂਦੀ ਰਹੀ ਹੈ ਪਹਿਲਾਂ जोड़ी हुंदी सी शमीम सोमा दर्शन दे नाते अज है नहीं गए दुनिया के बेचारे
ਤੇ ਉਹਨਾਂ ਨੇ ਚੰਗਾ ਮਤਲਬ ਉਸ ਵੇਲੇ ਉਹਨਾਂ ਨੇ ਬਹੁਤ ਮਿਹਨਤ ਕਰਾਈ ਸੀ ਬਹੁਤ ਮਿਹਨਤ ਕਰਾਈ ਸੀ ਉਹਨਾਂ ਨੇ ਬਹੁਤ ਪ੍ਰੈਕਟਿਸ ਕਰਾਉਂਦੇ ਹੁੰਦੇ ਸੀ ਉਦੋਂ ਤਾਂ ਰੈਸਲਾਂ ਬਹੁਤ ਮਿਹਨਤ ਕਰਦੇ ਹੁੰਦੇ ਸੀ ਇਹ ਸਟਾਰਟਿੰਗ ਹੈ ਸਾਰਾ ਸਾਰਾ ਦਿਨ ਜੀ ਹਾਂਜੀ ਉਦੋਂ ਰਿਕਾਰਡਿੰਗ ਹੀ ਮਤਲਬ ਲਾਈਵ ਤੇ ਹੁੰਦੀ ਸੀਗੀ ਸਾਰੀ ਹਾਂਜੀ ਹਾਂਜੀ ਗਲਤੀ ਨਹੀਂ ਕੋਈ ਐਚਐਮਬੀ ਸ਼ੋਅ ਉਹਨਾਂ ਨਾਲ ਵੀ ਗਾਇਆ ਜੀ ਹਾਂਜੀ ਤੁਸੀਂ ਗਾਇਆ ਹਾਂਜੀ ਹਾਂਜੀ ਜੀ ਜੀ ਉਹਨਾਂ ਨਾਲ ਉਹ ਡੇਟ ਲੈ ਕੇ ਆਏ ਸੀਗੇ ਫਿਰ ਉਹਨਾਂ ਨਾਲ ਗਏ ਸੀ ਚਰਨਜੀਤ ਭਾਜੀ ਦਾ ਸੀਗਾ 뮤직 ਜੀ 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 ਹਾਂਜੀ अच्छा भैन जी ओदे बाद फिर तुहाडा मार्केट च ओदे बाद तुहाडा मार्केट च ट्रैक आउंदा जिहड़ा करतार रमला जी नाल नार बदन दी भारी हां जी जित्तों सारे पासे मतलब उषा किरण उकारी हो जांदी है ना पूरे उस तो पहला भाजी उषा किरण उदों होई जी जदों मेरा रिकॉर्ड आया पम्मी पोली नाल जी तीमियां दो बुरियां अच्छा जी एचएम विचों ओ पहला आया हां ओ पहला आया ਉਹਦੇ ਚ ਮੇਰੇ ਖਿਆਲ ਪ੍ਰੋਮਿਲਾ ਜੀ ਤੇ ਤੁਸੀਂ ਦੋਨਾਂ ਨੇ ਉਹ ਡਿਊਟ ਬੋਲਿਆ ਉਹ ਕੋਟਨੇ ਜੇ ਵਾਲੀ ਫੋਟੋ ਦੇਖੀ ਹੋਣੀ ਹੈ ਤੁਸੀਂ ਜੀ ਜੀ ਅੱਛਾ 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 ਉਹ ਬਹੁਤ ਹਿੱਟ ਹੋਇਆ ਸੀ ਉਹ ਤਾਂ ਲੋਕੀ ਸਵੇਰੇ 4 ਵਜੇ ਮਤਲਬ ਉਹ ਗਾਣਾ ਲਾ ਦਿੰਦੇ ਹੁੰਦੇ ਸੀਗੇ ਸੌਂਕਣੇ ਤੂੰ ਹਾਂਜੀ ਹਾਂਜੀ ਇਦਾਂ ਦਾ ਤੁਹਾਡੀ ਵਰਡਿੰਗ ਸੀਗੀ ਅੱਛਾ ਅੱਛਾ ਤੇ ਇੱਕ ਵਾਰੀ ਅਸੀਂ ਚਮਕੀਲੇ ਨਾਲ ਪ੍ਰੋਗਰਾਮ ਕਰਨ ਗਏ ਜੀ ਤੇ ਚਮਕੀਲਾ ਜੀ ਮੈਨੂੰ ਕਹਿੰਦੇ ਜੀ ਉਹ ਉਸ਼ਾ ਤੇਰਾ ਗਾਣਾ ਹਿੱਟ ਹੋ ਗਿਆ ਪਾਗਲ ਤੂੰ ਤਾਂ ਮਸ਼ਹੂਰ ਹੋ ਗਈ ਹੈ ਜੀ ਤੂੰ ਪਤਾ ਨਹੀਂ ਸਾਡੇ ਨਾਲ ਜਾਇਆ ਕਰਨਾ ਕਿ ਨਹੀਂ ਹੁਣ ਅੱਛਾ ਜੀ ਇਦਾਂ ਦੀ ਮਜ਼ਾਕ ਦੀਆਂ ਗੱਲਾਂ ਬਹੁਤ ਕਰਦੇ ਅੱਛਾ ਤੀਵੀਆਂ ਦੋ ਬੁਰੀਆਂ ਤੁਹਾਡਾ ਪਹਿਲਾ ਰਿਕਾਰਡ ਹੋਇਆ ਤੇ ਰਮਲਾ ਜੀ ਵਾਲੇ ਜਿਹੜੇ ਟਰੈਕ ਆਏ ਫਿਰ ਬਾਅਦ ਚ ਆਏ ਇਹ ਬਾਅਦ ਚ ਆਏ ਅੱਛਾ ਜੀ ਤੇ ਜਦੋਂ ਰਮਲਾ ਜੀ ਦਾ ਨਾ ਟਰੈਕ ਆਏ ਨੇ ਤਾਂ ਬਹੁਤ ਦੇਰ ਦੀ ਗੱਲ ਬਾਅਦ ਦੀ ਗੱਲ ਆ ਉਹ ਤੋਂ ਪਹਿਲਾਂ ਹੀ ਚਮਕੀਲਾ ਜੀ ਨਾਲ ਕਾਫੀ ਖਾੜੇ ਲਾਏ ਜਦੋਂ ਤੀਵੀਆਂ ਦੋ ਬੁਰੀਆਂ ਆਏ ਨਾ ਉਦੋਂ ਅਸੀਂ ਚਮਕੀਲਾ ਜੀ ਨਾਲ ਹੀ ਜਾਂਦੇ ਹੁੰਦੇ ਸੀ ਉਹੀ ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਕਿਉਂਕਿ ਲੋਕਾਂ ਜਿਹੜੇ ਸੰਗੀਤ ਨੂੰ ਪਿਆਰ ਕਰਨ ਵਾਲੇ ਖਾਸ ਕਰ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਆ ਉਹ ਵੀ ਇਹ ਜਾਣਨਾ ਚਾਹੁੰਦੇ ਆ ਬੜੀ ਬਰੀਕੀ ਨਾਲ ਕਿ ਤੁਹਾਡਾ ਚਮਕੀਲਾ ਜੀ ਦੇ ਨਾਲ ਜਿਹੜਾ ਸੈੱਟ ਬਣਦਾ ਉਹ ਕਿਵੇਂ ਸਬੱਬ ਬਣਿਆ ਫਿਰ ਸੈੱਟ ਨਹੀਂ ਸੀ ਬਣਿਆ ਜੀ ਕੁਝ ਚਿਰ ਵਾਸਤੇ ਮੇਰੇ ਖਿਆਲ ਪ੍ਰੋਗਰਾਮ ਲਾਇਆ ਉਹ ਬਣਿਆ ਜੀ ਮੈਂ ਦੱਸਦਾ ਪ੍ਰੋਗਰਾਮ ਲਾਏ ਸੀਗੇ ਥੋੜੇ ਜੇ ਜੀ ਮਤਲਬ ਸੈੱਟ ਨਹੀਂ ਸੀ ਬਣਿਆ ਉਹ ਇਦਾਂ ਦੱਸਦਾ ਵੀ ਸਭ ਤੋਂ ਪਹਿਲਾਂ ਜਦੋਂ ਚਮਕੀਲੇ ਨਾਲ ਸਾਡੀ ਮੁਲਾਕਾਤ ਹੋਈ ਹੈ ਨਾ ਜੀ ਉਸਤਾਦ ਜੀ ਕੋਲੇ ਇੱਕ ਨਾ ਫੋਰ ਟਰੈਕਟਰ ਵਾਲਿਆਂ ਦਾ ਗੀਤ ਕਰਨਾ ਸੀਗਾ ਜੀ ਹੁਣ ਇਸ ਵੇਲੇ ਮੈਨੂੰ ਬੋਲ ਨਹੀਂ ਯਾਦ ਉਹਦੇ ਉਹ ਮੈਂ ਤੇ ਚਮਕੀਲੇ ਨਾਲ ਗਾਇਆ ਸੀ ਗੀਤ ਜੀ ਉਸ ਟਾਈਮ ਉੱਥੋਂ ਸਾਡੀ ਜਿਹੜੀ ਪਿਆਰ ਮੁਹੱਬਤ ਦੀ ਕਹਾਣੀ ਵੱਧਦੀ ਗਈ ਉੱਥੇ ਸਨਮੁਖ ਸਿੰਘ ਆਜ਼ਾਦ ਜੀ ਇਹ ਉਹਨਾਂ ਕੋਲੇ ਬਹਿੰਦੇ ਹੁੰਦੇ ਸੀ ਹਮ ਪਿਆਲਾ ਇਕੱਠਾ ਸੀਗਾ ਸ਼ਾਮ ਨੂੰ ਇੱਥੇ ਬੈਠੇ ਰਹਿਣੇ ਇਹਨਾਂ ਨੇ ਚਮਕੀਲੇ ਨੇ ਵੀ ਉੱਥੇ ਆਉਣਾ ਹਾਂਜੀ ਉਦੋਂ ਫਿਰ ਕੋਈ ਪ੍ਰੋਬਲਮ ਆਈ ਹੋਣੀ ਹੈ ਤੇ ਆਜ਼ਾਦ ਸਾਹਿਬ ਕਹਿਣ ਲੱਗੇ ਕਿ ਕੱਲ੍ਹ ਨੂੰ ਮੌਜੀ ਹੋਣਾ ਨੂੰ ਉਸ਼ਾ ਜੀ ਨੂੰ ਲੈ ਕੇ ਜਾਣਾ ਆਪਾਂ ਚਮਕੀਲੇ ਕਹਿੰਦੇ ਠੀਕ ਹੈ ਜੀ ਇਹ ਸਾਡੀ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਹੈ ਨਾ ਇਹ ਸਨਮੁਖ ਸਿੰਘ ਆਜ਼ਾਦ ਨੇ ਚਮਕੀਲੇ ਦੇ ਨਾਲ ਕਰਵਾਈ ਸੀ ਪਹਿਲਾ ਪ੍ਰੋਗਰਾਮ ਅਸੀਂ ਹਲਵਾਰੇ ਲਾਇਆ ਸੀ ਵਾਹ ਉਹਦੀ ਫੋਟੋ ਲੱਗੀ ਹੋਈ ਹੈ ਅੱਛਾ ਇਹ ਉਦੋਂ ਉਹਨਾਂ ਨਾਲ ਅਮਰਜੋਤ ਵੀ ਸੀਗੇ ਨਹੀਂ ਅਮਰਜੋਤ ਤਾਂ ਬਾਅਦ ਚ ਆਈ ਹੈ ਉਹ ਬਾਅਦ ਚ ਆਏ ਅੱਛਾ ਜਦੋਂ ਉਹਨਾਂ ਦਾ ਸੋਨੀਆ ਜੀ ਨਾਲ ਹਾਂਜੀ ਸੈੱਟ ਟੁੱਟਿਆ ਉਹਦੇ ਬਾਅਦ ਫਿਰ ਤੁਹਾਡੇ ਨਾਲ ਗਾਇਆ ਹਾਂਜੀ ਅੱਛਾ ਮਤਲਬ ਕਿ ਗਾਉਂਦੇ ਰਹੇ ਆ ਜਦੋਂ ਕਿ ਉਹਨਾਂ ਦਾ ਬੇਟਾ ਵੀ ਹੋਣ ਵਾਲਾ ਸੀਗਾ ਉਦੋਂ ਵੀ ਜਾਂਦੀ ਰਹੀ ਮੈਂ ਤੁਹਾਨੂੰ ਇੱਕ ਗੱਲ ਭਾਜੀ ਬਹੁਤ ਮੈਂ ਦਾਅਵੇ ਨਾਲ ਇਹ ਗੱਲ ਕਹਿਣ ਲੱਗਿਆ ਜੀ ਕਿ ਬੰਦਾ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਲੇਕਿਨ ਲੋਕ ਬਹੁਤ ਗੱਲਾਂ ਕਰਦੇ ਨੇ ਮੈਂ ਐ ਸੀ ਉਹ ਮੇਰੇ ਨਾਲ ਇਦਾਂ ਸੀ ਉਹ ਇਦਾਂ ਸੀ ਹੈਂਜੀ ਕੋਈ ਚੰਗੀਆਂ ਕੋਈ ਬੁਰੀਆਂ ਲੋਕ ਬਹੁਤ ਕਰਦੇ ਆ ਲੇਕਿਨ ਮੈਂ ਕਹਿੰਦਾ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਜਿਹੜੀ ਮੈਂ ਗੱਲ ਕਰ ਲਾਂਗਾ ਨਾ ਇਸ ਗੱਲ ਦਾ ਟਿੱਕੀ ਕੇਸਰ ਸਿੰਘ ਟਿੱਕੀ ਗਵਾਹ ਆ ਜੀਜਾ ਲੱਕਮਨ ਲੈ ਜਿਹੜਾ ਗੀਤ ਹੈ ਐਲ ਪੀ ਸੀਗਾ ਇਹ ਸਾਡੇ ਨਾਲ ਰਿਕਾਰਡ ਹੋਣਾ ਸੀ ਤੁਹਾਡੇ ਨਾਲ ਤਿਆਰੀ ਸੀ ਸਾਡੇ ਨਾਲ ਹੋਣ ਨਹੀਂ ਸੀ ਤਿਆਰੀ ਸ਼ੁਰੂ ਕਰਨੀ ਸੀ ਉਹ ਟਿੱਕੀ ਨੇ ਗੱਲ ਕਰਵਾਇਆ ਸੀ ਵੀ ਚਮਕੀਲੇ ਆਪਾਂ ਇੱਦਾਂ ਕਰਦੇ ਵੀ ਊਸ਼ਾ ਉਹਨਾਂ ਦੇ ਨਾਲ ਕਰਕੇ ਡੇਟ ਮਿਲੀ ਹੋਈ ਸੀ ਵੀ ਆਪਾਂ ਇਹ ਤਿਆਰ ਕਰ ਲਾਂਗੇ ਆਪਾਂ ਇਹ ਇਹਨਾਂ ਨਾਲ ਰਿਕਾਰਡਿੰਗ ਕਰਦੇ ਹਾਂ ਉਹ ਦੋ ਕੁ ਦਿਨਾਂ ਪਿੱਛੋਂ ਫਿਰ ਅਮਰਜੋਤ ਨਾਲ ਇਹਨਾਂ ਦਾ ਮੇਲ ਹੋ ਗਿਆ ਇਸ ਕਰਕੇ ਫਿਰ ਆਪਾਂ ਰਹਿ ਗਏ ਹਾਂਜੀ ਇਹ ਅਸਲੀਅਤ ਆ ਗਿਆ ਉਹ ਮੇਰੇ ਖਿਆਲ ਸਭ ਤੋਂ ਜ਼ਿਆਦਾ ਹਿੱਟ ਵੀ ਉਹਨਾਂ ਦਾ ਉਹੀ ਹੈ ਹਾਂਜੀ ਬਹੁਤ ਸਾਡਾ ਪਿਆਰ ਤਾਂ ਵੱਧਦਾ ਹੀ ਗਿਆ ਲੇਕਿਨ ਉਹ ਨਹੀਂ ਹੋਈ ਉਹ ਗੱਲ ਵੱਖਰੀ ਜਿੱਦਾਂ ਮਾੜਾ ਮੋਟਾ ਕੋਈ ਤੂੰ ਤੂੰ ਮੈਂ ਹੋ ਜਾਂਦੀ ਸੀਗੀ ਨਾ ਉਦੋਂ ਵੀ ਅਸੀਂ ਜਾਂਦੇ ਹੁੰਦੇ ਸੀ ਪ੍ਰੋਗਰਾਮ ਤੇ ਜੀ 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 ਤੇ ਬਹੁਤ ਵਧੀਆ ਮਤਲਬ ਜੈਮਨ ਦੇ ਵੇਲੇ ਅਸੀਂ 4 ਮਹੀਨੇ ਲਗਾਤਾਰ ਰਹੇ ਹਾਂ ਇਕੱਠੇ ਅੱਛਾ ਜਦੋਂ ਜਨਮ ਦਾ ਜਨਮ ਹੋਇਆ ਫਿਰ ਜੈਮਨ ਤੋਂ ਬਾਅਦ ਅਮਰਜੋਤ ਵੀ ਜਾਂਦੀ ਰਹੀ ਹੈ ਤਾਂ ਅਸੀਂ ਵੀ ਜਾਂਦੇ ਰਹੇ ਹਾਂ ਜੀ ਜੀ ਕਈ ਵਾਰ ਇਕੱਠੇ ਵੀ ਚਲੇ ਜਾਂਦੇ ਸੀ ਕਿਉਂਕਿ ਅਸੀਂ ਅਚਾਨਕ ਇਕੱਠੇ ਗਏ ਸੀ ਹਾਂ ਬੰਬੇ ਅਸੀਂ ਇਕੱਠੇ ਸੀਗੇ ਹਾਂ ਉਹ ਵੈਸੇ ਅਸੀਂ ਆਪਣਾ ਗਏ ਸੀ ਦੋਨੋਂ ਜਣੇ ਜੀ ਤੇ ਉਹ ਲੱਗ ਗਏ ਸੀਗੇ ਉਦੋਂ ਵੀ ਸਾਡਾ ਬਹੁਤ ਪਿਆਰ ਮਤਲਬ ਕੀ ਸਾਡਾ ਬਹੁਤ ਸੀ ਅਮਰਜੋਤ ਨਾਲ ਵੀ ਮੇਰਾ ਬਹੁਤ ਸੀਗਾ ਜੀ ਹਾਂਜੀ ਕੋਈ ਪ੍ਰੋਗਰਾਮ ਨਾਲ ਜੁੜੀ ਕੋਈ ਘਟਨਾ ਤੁਹਾਨੂੰ ਯਾਦ ਆ ਕੋਈ ਦਰਸ਼ਕਾਂ ਦੇ ਸਨਮੁਖ ਕਰਨੀ ਚਾਹੋ ਕੋਈ ਨਾ ਭੁੱਲਣ ਯੋਗ ਕੋਈ ਘਟਨਾ ਤਾਂ ਇਦਾਂ ਦੀ ਹੈ ਨਹੀਂ ਅਜੇ ਤੱਕ ਤਾਂ ਨਹੀਂ ਆ ਵੀ ਝੂਠ ਮਾਰੀਏ ਵੀ ਨਹੀਂ ਹੋਈ ਕੋਈ ਐਸੀ ਜੀ ਜੀ ਠੀਕ ਹੈ ਮਾੜਾ ਮੋਟਾ ਤਾਂ ਕਿਤੇ ਨਾ ਕਿਤੇ ਚਲੋ ਲੇਟ ਫੇਟ ਦਾ ਕੰਮ ਤਾਂ ਹੋ ਜਾਂਦਾ ਪਰ ਨਹੀਂ ਵਧੀਆ ਤੁਹਾਡੇ ਠੀਕ ਰਿਹਾ ਜੀ ਬਹੁਤ ਵਧੀਆ ਰਿਹਾ ਬਹੁਤ ਵਧੀਆ ਕਈ ਵਾਰੀ ਘਟਨਾ ਇਹੀ ਹੁੰਦੀ ਸੀਗੀ ਜਦੋਂ ਸੁਲਾਹ ਹੋ ਜਾਂਦੀ ਸੀ ਤੇ ਅਸੀਂ ਘਰ ਬੈਠੇ ਰਹਿ ਜਾਂਦੇ ਸੀ ਫਿਰ ਵਿਹਲੇ
ਵੀ ਤੁਸੀਂ ਕੋਈ ਨਹੀਂ ਹੁਣ ਸੁਲਾ ਹੋ ਗਈ ਅੱਜ ਰਹਿਣ ਦਿਓ ਕੱਲ੍ਹ ਆਪਾਂ ਚੱਲਾਂਗੇ ਇਕੱਠੇ ਇਸੇ ਬਹਾਨੇ ਨਾਲ ਫਿਰ ਦੋਨੋਂ ਇਕੱਠੇ ਚਲੇ ਜਾਂਦੇ ਸੀ ਪ੍ਰੋਗਰਾਮ 'ਤੇ ਮੈਂ ਵੀ ਚਲੀ ਜਾਂਦੀ ਸੀ ਅਮਰਜੋਤ ਵੀ ਚਲੀ ਜਾਂਦੀ ਸੀ ਜੀ 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 ਇਸ ਤਰ੍ਹਾਂ ਕਰਕੇ ਇਕੱਠੀਆਂ ਨੇ ਸਾਡੇ ਬਹੁਤ ਪ੍ਰੋਗਰਾਮ ਇੱਦਾਂ ਦੇ ਹੈ ਜੀ 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 ਹਾਂਜੀ ਤੁਸੀਂ ਕਿੰਨੇ ਜਾਂਦੇ ਰਹੇ ਲਾਸਟ ਤੱਕ ਜਾਂਦੇ ਰਹੇ ਉਹਨਾਂ ਪ੍ਰੋਗਰਾਮਾਂ 'ਤੇ ਜਦੋਂ ਵੀ ਲੋੜ ਪੈਂਦੀ ਲਾਸਟ ਤੱਕ ਜਾਂਦੇ ਰਹੇ ਹੈ ਜਦੋਂ ਡੈਥ ਹੋਈ ਹੈ ਉਸ ਟਾਈਮ 'ਤੇ ਵੀ ਸਾਨੂੰ ਫੋਨ ਆਇਆ ਸੀ ਦੋ ਚਾਰ ਦਿਨ ਪਹਿਲਾਂ ਹੈ ਨਾ ਲਾਲ ਜਿਹੜਾ ਜਿਹਦੇ ਗੋਲੀ ਲੱਗੀ ਸੀ ਜੀ ਲਾਲ ਮੁੰਡਾ ਢੋਲਕ ਨਹੀਂ ਵਜਾਉਂਦਾ ਅਸੀਂ ਕਿਰਾਏ 'ਤੇ ਰਹਿੰਦੇ ਹੁੰਦੇ ਸੀ ਜੀ ਜੀ ਉਹ ਬਿਲਕੁਲ ਸਾਡਾ ਪੜੋਸੀ ਸੀਗਾ ਜੀ ਅਤੇ ਉਹਨੇ ਸਾਨੂੰ ਸ਼ਾਮ ਨੂੰ ਜਦੋਂ ਟੀਵੀ 'ਤੇ ਖਬਰ ਆਈ ਹੈ ਜੀ ਉਸ ਟਾਈਮ ਅਸੀਂ ਤਾਂ ਹੈਰਾਨ ਰਹਿ ਗਏ ਮੈਂ ਕਿਹਾ ਅਸੀਂ ਜਾਣਾ ਸੀ ਪ੍ਰੋਗਰਾਮ 'ਤੇ ਆ ਕੀ ਬਣਿਆ ਤੇ ਗਿੱਲ ਨੇ ਸਾਨੂੰ ਉਸ ਦਿਨ ਦੇ ਪ੍ਰੋਗਰਾਮ ਦਾ ਕਿਹਾ ਸੀਗਾ ਉਹੀ ਮੈਸਮਪੁਰ ਵਾਲਾ ਹਾਂਜੀ 5 ਤਰੀਕ ਨੂੰ ਜੀ 5 ਤਰੀਕ ਨੂੰ ਸਾਨੂੰ ਹਰਜੀਤ ਕਹਿ ਕੇ ਗਿਆ ਜੀ ਗਿੱਲ ਜੀ ਵੀ ਤੁਸੀਂ 8 ਤਰੀਕ ਨੂੰ ਚਮਕੀਲੇ ਨਾਲ ਚੱਲਣਾ ਅਸੀਂ ਕਿਹਾ ਠੀਕ ਹੈ ਅੱਛਾ ਜੀ 6 ਤਰੀਕ ਨੂੰ ਅਮਰਜੋਤ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਜਵਾਬ ਦਿੱਤਾ ਸਾਨੂੰ ਜਵਾਬ ਆ ਗਿਆ ਸੀ ਅੱਛਾ ਠੀਕ ਹੈ ਜੀ 6 ਸ਼ਾਮ ਨੂੰ ਜੀ ਅਤੇ ਪਤਾ ਲੱਗ ਗਿਆ ਵੀ ਇਹ ਮੌਜੀ ਨੂੰ ਛੱਡ ਕੇ ਕਿਸੇ ਹੋਰ ਕੁੜੀ ਨੂੰ ਲੈ ਕੇ ਜਾ ਰਹੇ ਉਸ਼ਾ ਨੂੰ ਛੱਡ ਕੇ ਠੀਕ ਹੈ ਜੀ ਅਤੇ ਜਿਹੜਾ ਦੂਜਾ ਮੁੰਡਾ ਸੀ ਨਾ ਚਮਕੀਲੇ ਦਾ ਉਹ ਥੋੜ੍ਹੇ ਕੁ ਦਿਨਾਂ ਦਾ ਸੀ ਅਜੇ ਅੱਛਾ ਮੈਂ 20-25 ਦਿਨਾਂ ਦਾ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅਮਰਜੋਤ ਕਹਿੰਦੀ ਵੀ ਜੇ ਉਹਨਾਂ ਨੇ ਨਹੀਂ ਜਾਣਾ ਤਾਂ ਦੂਜੀ ਕੁੜੀ ਵੀ ਨਹੀਂ ਜਾਊਗੀ ਮੈਂ ਆਪ ਜਾਊਂਗਾ ਇਸ ਤਰ੍ਹਾਂ ਕਰਕੇ 8 ਮਾਰਚ ਨੂੰ ਅਸੀਂ ਜਾਣਾ ਸੀ ਤੇ ਆ ਸਬੱਬ ਬਣਿਆ ਨਹੀਂ ਗਏ ਫਿਰ ਅਮਰਜੋਤ ਆਪ ਗਈ ਦੇਖੋ ਕਿਸਮਤ ਦੇ ਰੰਗ ਕਹਿ ਸਕਦੇ ਮੈਨੂੰ ਪਤਾ ਨਹੀਂ ਤਾਂ ਕੀ ਹੋ ਸਕਦਾ ਸੀ ਹਾਂਜੀ ਮੈਨੂੰ ਤਾਂ ਆਪ ਗੱਡੀ 'ਚ ਕਹਿ ਕੇ ਜਾਂਦੀ ਹੁੰਦੀ ਸੀ ਅਮਰਜੋਤ ਜੀ ਵੀ ਤੂੰ ਜਾਣਾ ਕਿਰਨ ਜੀ ਪ੍ਰੋਗਰਾਮ ਤੇ ਹੋਰ ਕਿਸੇ ਨੇ ਨਹੀਂ ਜਾਣਾ ਹਾਂਜੀ ਹੋਰ ਕਿਸੇ ਨੇ ਨਹੀਂ ਜਾਣਾ ਤੂੰ ਤਿਆਰ ਨਹੀਂ ਤੂੰ ਜਾਣਾ ਆ ਦੇਖੋ ਜੀ ਰੱਬ ਦੇ ਰੰਗ ਆ ਉਹਨਾਂ ਦੀ ਲਿਖੀ ਸੀਗੀ ਦੋਨਾਂ ਦੀ ਰੱਬ ਨਾ ਕਰੇ ਕਹਿਣ ਨੂੰ ਜੋ ਮਰਜ਼ੀ ਕੁਝ ਕਹਿ ਸਕਦਾ ਮੰਨ ਲਓ ਹਾਂਜੀ ਉਸ ਦਿਨ ਤੁਸੀਂ ਉਹਨਾਂ ਦੇ ਨਾਲ ਹੁੰਦੇ ਕੁਝ ਵੀ ਹੋ ਸਕਦਾ ਸੀ ਬਿਲਕੁਲ ਜੀ ਬਿਲਕੁਲ ਕਿਉਂਕਿ ਗੋਲੀ ਦੇ ਕੇ ਕਿਸੇ ਦਾ ਥੋੜੀ ਇਲਾਜ ਕਰਨਾ ਅੱਛਾ ਇਨਸਾਨ ਕਿੱਦਾਂ ਦੇ ਸੀਗੇ ਚਮਕੀਲਾ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੇਰੇ ਪੇਕਿਆਂ ਵੱਲ ਪ੍ਰੋਗਰਾਮ ਸੀਗੇ ਸਾਡੇ 4 ਜੀ ਜੀ ਉਹ ਮੇਰੇ ਪੇਕੇ ਵੀ ਜਾ ਕੇ ਆਏ ਜੀ ਐ ਨਹੀਂ ਕਿ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿੰਨੇ ਕਿਲੋਮੀਟਰ ਸੀ 35 ਕਿਲੋਮੀਟਰ ਸੀ ਸਾਡਾ ਘਰ ਅੱਛਾ ਤੇ ਕਹਿੰਦੇ ਕੋਈ ਨਹੀਂ ਉਸ਼ਾ ਜਾ ਕੇ ਆਨੇ ਆਪਾਂ ਕੋਈ ਗੱਲ ਨਹੀਂ ਨਾਲੇ ਪੌਂਗ ਡੈਮ ਦੇਖਾਂਗੇ ਤੇਰਾ ਵਾਹ ਤੇ ਨਾਲੇ ਤੇਰੇ ਘਰ ਜਾ ਕੇ ਆਵਾਂ ਰਾਤ ਰਹੇ ਸੀ ਫਿਰ ਰਾਤ ਰਹੇ ਮੇਰੀ ਨਨਾਣ ਦੇ ਘਰੇ ਅੱਛਾ ਫਿਰ ਉੱਥੇ ਉਹਨਾਂ ਨੇ ਉਦੋਂ ਅੰਬਾਂ ਦਾ ਮੌਸਮ ਸੀਗਾ ਚਟਨੀ ਬਣਾਈ ਮੇਰੀ ਨਨਾਣ ਨੇ ਬੜੇ ਖੁਸ਼ ਹੋ ਕੇ ਉਹਨਾਂ ਨੇ ਖਾਧੀ ਲੱਸੀ ਪਲਾਈ ਬਹੁਤ ਮਤਲਬ ਖੁਸ਼ ਹੋਏ ਮੰਦਰ ਸੀਗਾ ਇੱਕ ਸ਼ਿਵਜੀ ਦਾ ਉੱਥੇ ਮੱਥਾ ਟੇਕ ਕੇ ਆਏ ਡੈਮ ਦੇਖਿਆ ਸਾਰਾ ਬਹੁਤ ਉਹ ਦਿਨ ਬਹੁਤ ਯਾਦ ਆਉਂਦੇ ਆ ਭਾਜੀ ਬਹੁਤ ਬੜਾ ਸੁਨਹਿਰੀ ਯੁੱਗ ਸੀਗਾ ਮੌਜੀ ਸਾਹਿਬ ਉਹ ਗਾਇਕੀ ਦਾ ਕਿ ਨਹੀਂ ਬਹੁਤ ਜੀ ਬਹੁਤ 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 ਜ਼ਿਆਦਾ ਵਧੀਆ ਸੀ ਬਹੁਤ ਵਧੀਆ ਉਹ ਟਾਈਮ ਹੀ ਬਹੁਤ ਵਧੀਆ ਸੀ ਭਾਜੀ ਉਦੋਂ ਕਲਾਕਾਰਾਂ ਦੀ ਕਦਰ ਵੀ ਬਹੁਤ ਸੀਗੀ ਹੈ ਨਾ ਬਹੁਤ ਜ਼ਿਆਦਾ ਕਦਰ ਬਹੁਤ ਸੀ ਜੀ ਲੋਕ ਕਿੰਨੀ ਕਿੰਨੀ ਕਿੰਨੇ ਕਿੰਨੇ ਪਿੰਡਾਂ ਤੋਂ ਦੇਖਣ ਆਉਂਦੇ ਸੀਗੇ ਅਖਾੜਾ ਲੱਗਣਾ ਦੇਖਣ ਦੀ ਤਾਂ ਗੱਲ ਹੋਰ ਹੈ ਜੀ ਇਹ ਉਹ ਜਿਹੜੀ ਵੱਡਿਆਂ ਕਲਾਕਾਰਾਂ ਦੇ ਨਾਲ ਉਸ ਵੇਲੇ ਪੂਜਾ ਹੁੰਦੀ ਸੀ ਨਾ ਜਿੱਦਾਂ ਰੱਬ ਨੂੰ ਪੂਜਦਾ ਬੰਦਾ ਇਸ ਤਰ੍ਹਾਂ ਕਲਾਕਾਰ ਦੀ ਪੂਜਾ ਹੁੰਦੀ ਅਸੀਂ ਖੁਦ ਦੇਖੀ ਹੋਈ ਹੈ ਸਾਡੀ ਖੁਦ ਹੋਈ ਹੈ ਕਿਉਂਕਿ ਅਸੀਂ ਉਹਨਾਂ ਦੇ ਬਹਾਨੇ ਸਾਡੀ ਹੋਈ ਹੈ ਭਾਈ ਉਹਨਾਂ ਦੇ ਬਹਾਨੇ ਮਾਨਕ ਭਾਜੀ ਨਾਲ ਮੈਂ 1.5-2 ਸਾਲ ਗਾਇਆ ਜੀ ਤੇ ਮਤਲਬ ਕਿ ਉਹਨਾਂ ਨੇ ਬੜੀ ਉਹਨਾਂ ਨੇ ਮੈਨੂੰ ਤਾਂ ਨਾ ਮਤਲਬ ਕਿ ਰੱਬ ਵਾਂਗੂ ਉਹ ਇਦਾਂ ਲੱਗਦੇ ਸੀ ਇਨਸਾਨ ਜੀ ਲੋਕੀ ਤਾਂ ਕਹਿੰਦੇ ਨੇ ਵੀ ਦਾਰੂ ਪੀਂਦੇ ਸੀ ਉਹ ਜੀ ਪਰ ਆਪਾਂ ਨੂੰ ਤਾਂ ਬਹੁਤ ਪਿਆਰ ਦਿੱਤਾ ਉਹਨਾਂ ਦੇ ਪਰਿਵਾਰ ਨੇ ਭੈਣ ਜੀ ਨੇ ਘਰੇ ਉਹਨਾਂ ਨੇ ਰੋਟੀਆਂ ਬਣਾ ਕੇ ਸਾਨੂੰ ਖਿਲਾਣੀਆਂ ਇੰਨਾ ਪਿਆਰ ਕਰਨਾ ਸਾਨੂੰ ਅਸੀਂ ਉੱਥੇ ਰਹਿੰਦੇ ਸੀ ਘਰੇ ਅਸੀਂ ਘਰ ਆਉਣ ਦਾ ਵੀ ਸਾਨੂੰ ਟਾਈਮ ਨਹੀਂ ਸੀ ਹੁੰਦਾ ਮਤਲਬ ਕੰਮ 'ਚ ਭਾਈ ਕੋ ਕੰਮ ਹੀ ਇੰਨਾ ਹੁੰਦਾ ਸੀਗਾ ਕੰਮ ਬਹੁਤ ਜ਼ਿਆਦਾ ਹਾਂਜੀ ਉਦੋਂ ਕੰਮ ਹੋਇਆ ਸੀ ਮਿਹਨਤ ਕਰਾਈ ਬਾਕੀ ਉਹਨਾਂ ਨਾਲ ਅਸੀਂ ਕੈਨੇਡਾ ਜਾਣਾ ਸੀਗਾ ਤੇ 1.5 ਮਹੀਨਾ ਫਿਰ ਅਸੀਂ ਉੱਥੇ ਰਹੇ ਹੋਟਲ 'ਚ ਦਿੱਲੀ ਜੀ ਉਸ ਦੌਰਾਨ ਭਾਜੀ ਨੇ ਅੰਬਰ ਦਿਆ ਤਾਰਿਆ ਇੱਕ ਕੈਸਟ ਵੀ ਉੱਥੇ ਕੀਤੀ ਜੀ ਤੇ ਬਹੁਤ ਵਧੀਆ ਸੀ ਉਹ ਕੈਸਟ ਉਹਦੇ 'ਚ ਮੇਰਾ ਇੱਕ ਗਾਣਾ ਸੀਗਾ ਸੋਲੋ ਹਾਂਜੀ ਅੱਛਾ ਜੀ ਉਹ ਗਾਣਾ ਸੀਗਾ ਕਿੱਕਰ ਦਾ ਲਿਖਿਆ ਸੀ ਮੇਰੇ ਖਿਆਲ ਨਾਲ ਉੱਡਗੀ 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 ਵੇ ਗੱਲ ਉੱਡਗੀ ਹਾਣ ਦਿਆ ਭਾਜੀ ਨੇ ਤਰਜ ਬਣਾਈ ਸੀ ਮਾਨਕ ਭਾਜੀ ਨੇ ਜੀ ਤੇ ਮੈਂ ਗਾਇਆ ਸੀ ਮੈਂ ਸਟੇਜਾਂ ਤੇ ਭਾਜੀ ਫਿਰ ਵਾਜਾ ਵੀ ਪਿਆ ਆਪਣੇ ਕੋਲ ਹਾਂਜੀ ਤੇ ਆਪਾਂ ਦਰਸ਼ਕਾਂ ਨੂੰ ਸੁਣਾਈਏ ਵੀ ਜ਼ਰੂਰ ਕੁਛ ਨਾ ਕੁਛ ਹਾਂਜੀ ਹਾਂਜੀ ਬਿਲਕੁਲ ਔਰ ਸ਼ੁਰੂਆਤ ਇਸੇ ਤੋਂ ਕਰਦੇ ਆ ਉਸ਼ਾ ਜੀ ਦੇ ਗੀਤ ਤੋਂ ਹੀ ਉੱਡਗੀ ਉੱਡਗੀ ਮੈਨੂੰ ਥੋੜਾ ਜਿਹਾ ਯਾਦ ਹੈ ਭਾਜੀ ਬਹੁਤ ਪੁਰਾਣਾ ਹੈ ਕੋਈ ਨਹੀਂ 27 ਅੰਤਰਾ ਸੁਣਾਓ ਤੁਸੀਂ ਅੰਤਰਾ ਤਾਂ ਯਾਦ ਨਹੀਂ ਜਿੰਨਾ ਕੀ ਹੈ ਜੀ 27 ਉੱਡ ਗਈ ਵੇ ਗੱਲ ਉੱਡ ਗਈ ਹਾਣ ਦਿਆ ਉੱਡ ਗਈ ਵੇ ਗੱਲ ਉੱਡ ਗਈ ਹਾਣ ਦਿਆ ਲੁੱਕ ਲੁੱਕ ਲਾਈਆਂ ਅੱਖੀਆਂ ਦੀ ਗੱਲ ਉੱਡ ਗਈ ਹਾਣ ਦਿਆ
उड़ गई वे गल उड़ गई हाण दिया उड़ गई वे गल उड़ गई हाण दिया बस पाजी इन्ना की याद है मैनू दर्शकों साडे नाल ने बहुत ही प्रसिद्ध गायिका उषा किरण ते मौजी दुगरीवाला जी ते मिलदे आ निके जे ब्रेक तो बाद स्वागत है जी ब्रेक तो बाद ते प्रोग्राम चल रहा हीरे पंजाब दे ते मेरे नाल ने उषा किरण जी ते मौजी दुगरीवाला जी। अच्छा भैन जी फिर इस दौरान तुहाडा ट्रैक आउंदे आ रमला जी नाल मेरे ख्याल चार जां पंज ट्रैक आउंदे शायद है ना। हाँ जी पंज क सीगे शायद जी जिहदा सब तो हिट गीत जिहड़ा वा कादा देवर व्याहिया भाबीए जमा फसाता नहीं ऐशर मगर उस गाने नूं लोग इस करके ज़्यादा जानते ऐशर मगर ट्राली उस गाने दा नाल लोग इस वक्त तो ज़्यादा जानते हैं। हाँ जी हाँ जी ते वह रमला जी नाल फिर किवें सबब बनिया रिकॉर्डिंग दा। ਉਹਨਾਂ ਨਾਲ ਸਬੱਬ ਬਣਿਆ ਜੀ ਪਹਿਲਾਂ ਸਟੇਜਾਂ ਕਰਦੇ ਸੀਗੇ। ਅੱਛਾ ਜੀ ਤੇ ਉਹਨਾਂ ਨੂੰ ਵਧੀਆ ਲੱਗਿਆ ਤੇ 2.5-3 ਸਾਲ ਗਾਇਆ ਮੈਂ ਭਾਜੀ ਨਾਲ। ਅੱਛਾ ਰਿਕਾਰਡਿੰਗ ਤੋਂ ਪਹਿਲਾਂ 2.5-3 ਸਾਲ ਰਮਲਾ ਜੀ ਨਾਲ ਜਾਂਦੇ ਨਹੀਂ ਮਤਲਬ ਕਿ ਉਹਦੇ ਦੌਰਾਨ ਹੀ ਰਿਕਾਰਡਿੰਗ ਹੋਈ ਹੈ। ਜੀ ਜੀ ਜਦੋਂ ਰਿਕਾਰਡਿੰਗ ਹੋਈ ਹੈ ਉਹਦੇ ਵਿੱਚ ਆਪਾਂ ਪ੍ਰੋਗਰਾਮ ਵੀ ਕਰਦੇ ਹੁੰਦੇ ਸੀਗੇ। ਜੀ ਜੀ ਤੇ ਫਿਰ ਭਾਜੀ ਨੇ ਮਤਲਬ ਕਿ HMB 'ਚ ਜੀ ਉਹ ਰਿਕਾਰਡਿੰਗ ਹੋਈ ਸਾਡੀ। ਜੀ ਤੇ ਉਹ ਤੁਸੀਂ ਦੇਖੋ ਵੀ ਭਾਜੀ ਮਤਲਬ ਕਿ ਇੰਨੇ ਹਿੱਟ ਹੁੰਦੇ ਸੀ ਉਦੋਂ ਜੀ ਜਦੋਂ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ। ਜੀ 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 ਪੂਰੇ ਹਿੱਟ ਸੀਗੇ ਪੂਰੇ ਹਿੱਟ ਸੀਗੇ। ਇਹ ਮੇਰੇ ਖਿਆਲ ਜਦੋਂ ਸੁਖਵੰਤ ਸੁੱਖੀ ਜੀ ਦੇ ਨਾਲ ਉਹਨਾਂ ਦਾ ਸੈੱਟ ਟੁੱਟਦਾ ਉਹ ਤੋਂ ਬਾਅਦ ਤੁਹਾਡੇ ਨਾਲ ਆਏ ਟਰੈਕ ਉਹਨਾਂ ਦੇ ਹੈ ਨਾ। ਹਾਂਜੀ ਭਾਜੀ ਸ਼ਾਇਦ ਉਦੋਂ ਕੀ ਆਏ ਕਾਫੀ ਹਿੱਟ ਸੀਗੇ ਭਾਜੀ ਉਦੋਂ ਜੀ ਪੂਰੇ ਹਿੱਟ ਸੀਗੇ। ਹਾਂਜੀ ਪੂਰੇ ਹਿੱਟ ਸੀਗੇ ਜੀ ਤੇ ਸਾਡਾ ਉਦੋਂ ਗਾਣਾ ਉਹ ਆਇਆ ਹੋਇਆ ਸੀਗਾ ਤੀਵੀਆਂ ਦੋ ਬੁਰੀਆਂ ਤੇ ਸ਼ਮੀਮ ਸੋਮੇ ਹੁਣਾਂ ਨਾਲ ਮੇਰਾ ਗਾਣਾ ਆਇਆ ਸੀਗਾ ਲੋੜ ਨਾ ਨਸ਼ੇ ਦੀ ਮੈਨੂੰ ਰਹਿੰਦੀ ਕਰ ਦਰਸ਼ਨ ਤੇਰੇ ਦਿਲ ਦੀ ਯਾਰਾ ਵੇ ਭੁੱਖ ਲੈਂਦੀ ਏ ਕਰ ਦਰਸ਼ਨ ਤੇਰੇ ਪੱਟ ਤੇ ਪੜਾਕੂ ਪਟਿਆਲੇ ਸ਼ਹਿਰ ਦੇ ਤੇਰੀ ਤੋਰ ਨੇ ਪਤਲੀ ਨਾਰੀ ਇਹ ਗਾਣਾ ਆਇਆ ਸੀਗਾ ਭਾਬੀ ਕਹੀ ਦੁਸ਼ਮਣੀ ਕੱਢੀ ਆਸ਼ ਮਗਟਰ ਵਾਲੀ ਵੱਡੀ ਭਾਬੀ ਕਹੀ ਦੁਸ਼ਮਣੀ ਕੱਢੀ ਆਸ਼ ਮਗਟਰ ਵਾਲੀ ਵੱਡੀ ਜਾਵੇ ਨਾ ਖਿੱਚੀ ਨਾ ਕੱਢੀ ਜਾਵੇ ਨਾ ਖਿੱਚੀ ਨਾ ਕੱਢੀ ਉਲਟਾ ਕਜੀਆ ਪਾਤਾ ਨੀ ਕਾਹਦਾ ਦਿਓਰ ਵਿਆਹਿਆ ਭਾਬੀ ਜਮਾਂ ਫਸਾਤਾ ਨੀ ਆਏ ਕਾਹਦਾ ਦਿਓਰ ਵਿਆਹਿਆ ਭਾਬੀ ਜਮਾਂ ਫਸਾਤਾ ਨੀ ਉਹ ਤੇ ਥੁਰੇ ਹਮੇਸ਼ਾ ਡਰਦੀ ਵੇ ਤੇਰੇ ਮੂਰੇ ਪਾਣੀ ਭਰਦੀ ਯੋ ਮਤਲਬ ਹੱਲੀ ਕਰਦੀ ਮੈਨੂੰ ਸਮਝ ਨਾ ਆਉਂਦੀ ਵੇ ਨਾਰਗ ਦੇਲੇ ਵਰਗੀ ਕਰਮਾ ਨਾਲ ਥਿਉਂਦੀ ਵੇ ਆ ਨਾਰ ਬਦਨ ਦੀ ਭਾਰੀ ਕਰਮਾ ਨਾਲ ਥਿਉਂਦੀ ਵੇ। ਵਾਹ ਜੀ ਵਾਹ ਇਹ ਤੁਹਾਡਾ ਬਹੁਤ ਗਾਣਾ ਵੱਜਿਆ ਜੀ ਬਨੇਰਿਆਂ ਦੇ ਔਰ ਸਪੀਕਰਾਂ ਦੇ ਤੇ ਬਹੁਤ ਬਹੁਤ ਧੰਨਵਾਦ ਸੁਣਨ ਵਾਲਿਆਂ ਦਾ ਜਿਹੜੇ ਇੰਨਾ ਪਿਆਰ ਦਿੰਦੇ ਆ ਬਹੁਤ ਮੇਹਨਤ ਕਰਾਈ ਭਾਜੀ ਬਹੁਤ ਜ਼ਿਆਦਾ ਮੇਹਨਤ ਕਰਾਈ ਉਹਨਾਂ ਨੇ HMB 'ਚ ਗਾਣਾ ਕੋਈ ਸੌਖਾ ਨੀ ਹੈਗਾ ਸੀਗਾ ਭਾਜੀ ਉਹਨਾਂ ਨੇ ਇੰਨੀ ਰਿਹਰਸਲ ਕਰਾਈ ਮੇਰੀ ਪ੍ਰੈਕਟਿਸ ਆਪਾਂ ਕਿੱਥੇ ਉਹਨਾਂ ਦੇ ਸਹੁਰੇ ਸੀਗੇ ਉੱਥੇ ਅਸੀਂ ਰਹਿੰਦੇ ਸੀਗੇ ਤੇ ਉਹਨਾਂ ਨੇ ਮਤਲਬ ਕਿ ਜਦੋਂ ਵਿਹਲੇ ਹੋਣਾ ਉਦੋਂ ਕਹਿਣਾ ਬਸ ਬੇਟਾ ਬੈਠੋ ਪ੍ਰੈਕਟਿਸ ਦੇ ਬੈਠੋ। ਇਹ ਵੀ ਮੈਂ ਦੱਸਦਾ ਜੀ ਜੀ ਅਸਲੀ ਕਹਾਣੀ ਜਿਹੜੀ ਇਹ ਵੀ ਰੌਂਗਟੇ ਖੜੇ ਕਰਨ ਵਾਲੀ ਆ। ਅੱਛਾ ਜੀ ਸਾਡਾ ਪ੍ਰੋਗਰਾਮ ਸੀਗਾ ਰੋਡੇ ਪਿੰਡ। ਅੱਛਾ ਜੀ ਮੋਗੇ ਲੱਗੇ ਜੀ ਬਾਗੇ ਪੁਰਾਣੇ ਕੋਲੇ ਠੀਕ ਹੈ ਜੀ ਅਸੀਂ ਪ੍ਰੋਗਰਾਮ ਲਾ ਕੇ ਤੇ ਅਗਲੇ ਦਿਨ ਜਾਣਾ ਸੀ ਨਿਹਾਲ ਸਿੰਘ ਵਾਲੇ ਜੀ ਰਮਲਾ ਜੀ ਨਾਲ ਭਾਜੀ ਕਹਿਣ ਲੱਗੇ ਕਹਿੰਦੇ ਵੀ ਆਪਾਂ ਇੱਥੋਂ ਪ੍ਰੋਗਰਾਮ ਲਾ ਕੇ ਰਾਤ ਰਹਿੰਦੇ ਸਹੁਰਿਆਂ ਦੇ ਜੀ ਬਾਗੇ ਪੁਰਾਣੇ ਅੱਛਾ ਤੇ ਸਵੇਰੇ ਇੱਥੋਂ ਹੀ ਅਗਲੇ ਪ੍ਰੋਗਰਾਮ 'ਤੇ ਚੱਲ ਜਾਵਾਂਗੇ ਇਹ 3 June ਦੀ ਗੱਲ ਆ। ਅੱਛਾ ਜੀ ਜਿਸ ਦਿਨ ਅਟੈਕ ਹੋਇਆ ਅੰਮ੍ਰਿਤਸਰ ਜੀ ਹਰਿਮੰਦਰ ਸਾਹਿਬ 'ਤੇ 84 ਦੀ ਜੀ ਅੱਛਾ ਠੀਕ ਹੈ ਜੀ 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 ਉਸ ਰਾਤ ਅਸੀਂ ਤਾਂ ਆਰਾਮ ਨਾਲ ਪ੍ਰੋਗਰਾਮ ਲਾ ਕੇ ਰੋਟੀ ਪਾਣੀ ਖਾ ਕੇ ਸੌਂ ਗਏ ਜਦੋਂ ਅਸੀਂ ਸਵੇਰ ਨੂੰ ਉੱਠੀਆਂ ਤਾਂ ਸੁੰਨਸਾਨ ਪਈ ਹੋਈ ਸਾਰੇ ਪਾਸੇ ਜੀ ਮਿਲਟਰੀ ਕੋਈ ਦਿਖੇ ਨਾ ਬਾਹਰ ਜਾਈਏ ਤਾਂ ਵੀ ਹੈ ਭਾਜੀ ਕਹਿਣ ਲੱਗੇ ਕਹਿੰਦੇ ਕੋਈ ਗੱਲ ਨਹੀਂ ਆਪਾਂ ਮਿਹਨਤ ਤਰਲਾ ਕਰਕੇ ਤਾਂ ਨਿਕਲ ਜਾਵਾਂਗੇ ਉਹ ਭਾਜੀ ਲਗਾਤਾਰ ਉਹਨਾਂ ਦੇ ਪ੍ਰੋਗਰਾਮ ਪਤਾ ਕਿੰਨੇ ਸੀਗੇ ਸਾਡੇ ਲਗਾਤਾਰ ਪ੍ਰੋਗਰਾਮ ਸੀ ਦੋ ਪ੍ਰੋਗਰਾਮ ਸੀਗੇ ਡੇਲੀ ਦੋ ਪ੍ਰੋਗਰਾਮ ਤੀਜੇ ਤੇ ਪਹੁੰਚਣਾ ਹੁੰਦਾ ਸੀ ਅਸੀਂ ਮਤਲਬ ਕਿ ਇੰਨਾ ਕੰਮ ਸੀਗਾ ਅਸੀਂ ਗੱਡੀ ਲੈ ਕੇ ਭਾਜੀ ਬਾਹਰ ਨਿਕਲੇ ਹਾਂ ਜੀ ਮਿਲਟਰੀ ਵਾਲਿਆਂ ਨੇ ਰੋਕ ਲਿਆ ਵਾਪਸ ਜਾਈਏ ਅੱਗੇ ਗੋਲੀ ਹੈ
पीछे जाइए आपको मालूम नहीं है करफ्यू लगा हुआ है। असी क्या जी कोई गल नहीं, असी भी इदा फंक्शन से जाना हौली हौली चल जाने। अगो कहने वो कहते आगे से आपको कोई नहीं जाने देगा। सी आर पी सी उन्हें सू मोड़ता जी। असी भाजी 10 दिन जी बागे पुराने इन्होंने सहरिया के रहे हैं। 10 दिन करफ्यू च? हाँ करफ्यू च 84 की गल है। 10 दिन असी रहे हैं। 10 दिन बच्चे साढ़े घरे, बच्चे साढ़े घर छोटे छोटे बच्चे। असी 10 दिन उत्थे जिदा का असी रुचा पिछा सारा जी अपना घर समझ के खाते रहे हैं। 11वें दिन बहुत गिला खिलाया उन्होंने, गिला खिलाया मुर्गी खाने खत्म करते 11वें दिन भाई कहते भी चलो हूँ आप इदा करते भी कले कले निकलीए जी, थोड़ा जहा माहौल ठीक हो जूगा। मैं क्या भाजी पता नहीं होंगे भी कोई राह फिर सू कोई प्रॉब्लम आ जाए। हूँ ये तो गड्डी आ गए भाजी बागे पुराने तो गड्डी आ गए लुधियाने। असी फिर उत्थे असी उत्थे असी अगले दिन भाजी उतों लिया साइकिल। साइकिल लैके मैं चलाया साइकिल इन्ने जिमें पेंडू जनानियां नहीं जांदियां मगर टैची फड़ के बैठी जाने भी आप सहुरे दे चले हैं। इस तरीके जिहड़ी नहर आउंदी है इह नाल नाल हलवारे वाली जी, ये नहर असी उत्थों नहरों नहर बागे पुराने वालों नहरों नहर असी आए हैं। तो साइकिल चला के बुरा हाल साडा ते 5 बजे असी लुधियाने च इंटर होए जदों साइकिल ते ते अगों सी आर पी ने घेर लिया। मैं कहा कोई नहीं हुण घर दे कोल ही आ। तो असी उन्होंने कहा जी कहते कहाँ जा रहे हो, कहाँ से आ रहे हो, ये क्या चेक कराओ। मैं करो जी चेक। असी अपने घर आए जी 10 दिन बाद असी अपने बच्चों आए हैं जी। तो देख लो उन्होंने देखे कपड़े ही है नाल। फिर असी बच्चों 11 दिन बाद जो मिले तो थोड़ा सुकून आया। ये साड़ी रमला जी नाल असली घटना कह लो जे कोई मजबूरी सी ये आ गल है। 10 दिन उन्होंने ਜਿਹੜੇ ਸੌਰਿਆਂ ਦੇ ਘਰ ਰਹੇ ਸੌਰਿਆਂ ਦੇ ਘਰ ਉਹ ਸਾਨੂੰ ਫਲੇ ਵੀ ਬਹੁਤ ਜੀ। ਉੱਥੇ ਤਿਆਰੀ ਹੋਈ ਸਾਰੀ ਉਹ 10 ਦਿਨ ਤਿਆਰੀ ਵੀ ਹੋਈ ਫਿਰ ਹਾਂਜੀ ਰਿਕਾਰਡਿੰਗ ਦੀ ਤਿਆਰੀ ਸਾਰਾ ਦਿਨ ਰਹਿਸਲ ਕਰਦੇ ਸੀ ਫਿਰ ਪ੍ਰੈਕਟਿਸ ਉੱਥੇ ਸੀ ਸਾਰੀ। ਤੇ ਭਾਜੀ ਦੇ ਸੌਰਿਆਂ ਨੇ ਵੀ ਬਹੁਤ ਬਹੁਤ ਵਧੀਆ ਉਹਨਾਂ ਨੇ ਸਾਨੂੰ ਤਾਂ। ਅੱਛਾ ਉਹ ਜਿਹੜੇ 5 ਟਰੈਕ ਆਏ ਰਮਲਾ ਜੀ ਨਾਲ ਉਸ ਤੋਂ ਬਾਅਦ ਹੋਰ ਵੀ ਟਰੈਕ ਆਏ ਤੁਹਾਡੇ ਰਮਲਾ ਜੀ ਨਾਲ ਫਿਰ? ਨਹੀਂ ਰਮਲਾ ਜੀ ਨਾਲ ਨਹੀਂ ਆਏ, ਨਹੀਂ ਉਸ ਤੋਂ ਬਾਅਦ ਨਹੀਂ ਆਏ। ਉਸ ਤੋਂ ਬਾਅਦ ਬਸ ਜਿੱਦਾਂ ਸਟੇਜਾਂ ਤਾਂ ਕਰਦੇ ਰਹੇ ਆ, ਸਟੇਜਾਂ ਕਰਦੇ ਰਹੇ ਹਾਂਜੀ। ਇਦਾਂ ਨਹੀਂ ਹੈਗਾ ਵੀ ਰਿਕਾਰਡਿੰਗ ਤੋਂ ਬਾਅਦ ਜੀ 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 ਪ੍ਰੋਗਰਾਮ ਤੇ ਜਾਂਦੇ ਰਹੇ ਅਸੀਂ। ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਦੱਸਿਆ ਵੀ ਘਟਨਾ ਸਾਡੀ ਕੋਈ ਨਹੀਂ ਅਸੀਂ ਹੋਈ ਜੀ ਜੀ, ਲੇਕਿਨ ਸਾਨੂੰ ਸਭ ਤੋਂ ਵੱਡੀ ਜਿਹੜੀ ਖੁਸ਼ੀ ਮਿਲੀ ਹੈ ਨਾ ਜੀ, ਸਭ ਤੋਂ ਵੱਡੀ ਖੁਸ਼ੀ ਰਮਲਾ ਜੀ ਭਾਜੀ ਵੱਲੋਂ ਇਹ ਮਿਲੀ ਸੀ ਜੀ ਕਿ ਅਸੀਂ ਇੰਗਲੈਂਡ ਦੀ ਜਿਹੜਾ ਟੂਰ ਸੀਗਾ ਨਾ ਜੀ, ਇੰਗਲੈਂਡ ਦਾ ਆਹ ਟੂਰ 2000 ਦਾ ਜੀ ਜੀ, ਇਹ ਸਾਡਾ ਰਮਲਾ ਜੀ ਨੇ ਲਵਾਇਆ ਸੀ। ਇੰਗਲੈਂਡ ਦੀ ਧਰਤੀ ਸਾਨੂੰ ਰਮਲਾ ਜੀ ਨੇ ਦਿਖਾਈ ਸੀ। ਵਾਹ, ਇਹ ਸਭ ਤੋਂ ਵੱਡੀ ਚੌਹਾਨ ਸਾਹਿਬ ਨੂੰ ਉਹਨਾਂ ਨੇ ਮਿਲਾਇਆ ਸੀ ਸਾਨੂੰ ਜੀ ਜੀ ਜੀ। ਇੱਥੇ ਮੇਰੇ ਘਰੇ ਸਾਰੇ ਫਾਰਮ ਭਰ ਕੇ ਗਏ ਸੀ ਅਸੀਂ ਜੀ ਜੀ ਜੀ, ਇਹ ਉਹਨਾਂ ਦੀ ਬਦੌਲਤੀ ਇੰਗਲੈਂਡ ਮੈਂ ਗਿਆ ਸੀ ਅਸੀਂ ਦੋਨੇ ਜਣੇ। ਬੜਾ ਦੇਖੋ ਪਿੱਛੇ ਜੇ ਰਮਲਾ ਜੀ ਦੇ ਭੋਗ ਦੇ ਵੀ ਭੈਣ ਜੀ ਇਮੋਸ਼ਨਲ ਹੋ ਗਏ ਸੀਗੇ ਉੱਥੇ, ਔਰ ਬੜਾ ਉਹਦੇ ਤੇ ਕਮੈਂਟ ਵੀ ਬੜੇ ਆਏ ਲੋਕਾਂ ਦੇ। ਤੇ ਮਤਲਬ ਭਾਜੀ ਉਹ ਸੱਚੀ ਗੱਲ ਸੀ ਨਾ ਇੱਕਦਮ, ਮਤਲਬ ਕਿ ਨਵਜੋਤ ਨੂੰ ਵੀ ਪਤਾ ਆ ਸਾਰਾ ਹੈ ਨਾ, ਕਿ ਨਵਜੋਤ ਵੀ ਸਾਡੇ ਘਰ ਭਾਜੀ ਨਾਲ ਆਈ ਹੈ ਜੀ। ਤੇ ਕਈ ਵਾਰੀ ਇਹ ਐਂਕਰਿੰਗ ਤੇ ਚਲੇ ਜਾਂਦੇ ਸੀਗੇ ਤੇ ਭਾਜੀ ਨੇ ਕਹਿਣਾ ਤੁਸੀਂ ਆ ਜਾਓ ਦੋਨੇ ਜਣੇ, ਤੇ ਫਿਰ ਮੈਂ ਜਾਂਦੀ ਰਹੀ ਹਾਂ ਨਾ। ਭਾਜੀ ਨੇ ਉਦੋਂ ਵੀ ਸਾਨੂੰ ਦੋਨਾਂ ਨੂੰ ਮਤਲਬ ਇੰਨਾ ਮਾਣ ਦੇਣਾ ਨਾ ਕਿ ਪੈਸੇ ਬਾਰੇ ਤਾਂ ਕੁਛ ਸੋਚਦੇ ਨਹੀਂ ਸੀ ਹੁੰਦੇ ਜੀ ਜੀ, ਸਾਨੂੰ ਸਤਿਕਾਰ ਇੰਨਾ ਦਿੰਦੇ ਸੀ, ਬਹੁਤ ਮਾਣ ਕਰਦੇ ਸੀ, ਬਹੁਤ ਮਾਣ ਕਰਦੇ ਸੀ ਮੇਰੇ, ਬਹੁਤ ਹੀ ਅੱਛੇ ਬਹੁਤ ਅੱਛੇ ਇਨਸਾਨ ਸੀਗੇ ਜੀ ਜੀ, ਦੱਸ ਨਹੀਂ ਸਕਦੇ ਤੁਹਾਨੂੰ, ਬਿਆਨ ਨਹੀਂ ਕਰ ਸਕਦੀ ਮੈਂ ਤਾਂ ਜੀ ਜੀ ਜੀ। ਬਹੁਤ ਉਹਨਾਂ ਨੇ ਸਾਡੀ ਹੈਲਪ ਵੀ ਕੀਤੀ ਹੈ ਜੀ। ਤਕਰੀਬਨ ਦੇਖੋ ਜੀ ਅਸੀਂ ਜਿੱਥੋਂ ਖਾਂਦੇ ਹਾਂ ਜੀ, ਜਿਹੜਾ ਕਲਾਕਾਰ ਕੋਈ ਵੀ ਹੈ ਸਾਡਾ ਪਾਰਟਨਰ ਹੈ, ਸਾਨੂੰ ਕਿਹੜੇ ਤਰੀਕੇ ਨਾਲ, ਇਕੱਲੀ ਕੁੜੀ ਤਾਂ ਨਹੀਂ ਕਰ ਲੈਂਦੀ, ਕੰਪੋਜੀਸ਼ਨ ਬਣਾਉਣੀ ਉਹਨਾਂ ਨੇ ਹੈ ਨਾ, ਫਿਰ ਉਹਨਾਂ ਨੇ ਪ੍ਰੈਕਟਿਸ ਕਰਾਉਣੀ, ਗਾਣੇ ਸਿਲੈਕਟ ਕਰਨੇ, ਕੁੜੀਆਂ ਤਾਂ ਨਹੀਂ ਕਰਦੀਆਂ ਸਿਲੈਕਟ, ਜਿੰਨੇ ਖਰਚੇ ਹੈ ਸਾਰੇ ਉਹੀ ਕਰਦੇ ਨੇ। ਠੀਕ ਹੈ ਜੀ, ਆਪਾਂ ਕਹਿ ਦਿੰਦੇ ਜੀ ਸਾਨੂੰ ਜੀ ਇੱਦਾਂ ਨਹੀਂ ਕਰਦੇ ਉਹ ਨਹੀਂ ਕਰਦੇ, ਪਰ ਨਹੀਂ ਬਹੁਤ ਅੱਛਾ ਕਲਾਕਾਰ ਜੀ ਦੀ ਸਿਲੈਕਸ਼ਨ ਵੀ ਬੜੀ ਜ਼ਬਰਦਸਤ ਹੁੰਦੀ ਜੀ, ਉਹਨਾਂ ਦਾ ਤਕਰੀਬਨ ਜਿਹੜਾ ਵੀ ਗਾਣਾ ਰਿਕਾਰਡ ਕਰਦੇ ਉਹ ਹਿੱਟ ਹੁੰਦਾ ਜੀ ਉਹਨਾਂ ਵਿੱਚ ਹੈਗਾ ਸੀ। ਇਹ ਘਰ ਦੀਆਂ ਸਟੋਰੀਆਂ ਨੇ ਜੀ, ਜੇ ਆਪਾਂ ਕਹੀਏ ਆ ਗੀਤ ਗੰਦਾ, ਗੰਦੀ ਬੰਦੇ ਦੀ ਸੋਚ ਹੁੰਦੀ ਹੈ, ਗੀਤ ਕਦੀ ਗੰਦਾ ਨਹੀਂ ਹੁੰਦਾ। ਉਹ ਤੇ ਕਹਿੰਦੇ ਉਹਨਾਂ ਨੇ ਕਿਹਾ ਵੀ ਜਿਹੜੇ ਗਾਣਿਆਂ ਨੇ ਸਾਨੂੰ ਹਿੱਟ ਕੀਤਾ ਅਸੀਂ ਕਿੱਦਾਂ ਕਹਿ ਸਕਦੇ ਹਾਂ ਉਸ ਗਾਣੇ ਨੂੰ ਗੰਦਾ, ਅਸੀਂ ਕਿੰਨੀ ਪ੍ਰੈਕਟਿਸ ਕੀਤੀ ਹੈ ਉਸ ਗਾਣੇ ਲਈ, ਕਿੰਨਾ ਪਿਆਰ, ਕਿੰਨਾ ਉਹ ਰਾਈਟਰ ਨੇ ਜਿਹਨੇ ਲਿਖਿਆ ਹੋਊਗਾ ਉਹਨੇ ਕੁਛ ਦੇਖਿਆ ਹੋਊਗਾ ਤਾਂ ਹੀ ਲਿਖਿਆ ਹੋਊਗਾ, ਉੱਦਾਂ ਤਾਂ ਨਹੀਂ ਲਿਖਿਆ। ਉਹ ਗਾਣੇ ਐਡੇ ਪਿਆਰੇ ਨੇ, ਘਰੇਲੂ ਜਿਹੜੇ ਰਿਸ਼ਤੇ ਹੁੰਦੇ ਨੇ ਆਪਣੇ ਉਹਦੇ 'ਤੇ ਹੀ ਗਾਣੇ ਲਿਖੇ ਸੀ ਉਹਨਾਂ ਨੇ, ਕੋਈ ਮਾੜਾ ਤਾਂ ਗਾਇਆ ਨਹੀਂ। ਦੋਸਤੋ ਸਾਡੇ ਨਾਲ ਨੇ ਪ੍ਰਸਿੱਧ ਗਾਇਕਾ ਊਸ਼ਾ ਕਿਰਨ ਅਤੇ ਮੌਜੀ ਦੁਗਰੀਵਾਲਾ ਜੀ।
मिलते हैं छोटी जी ब्रेक तो बाद। अच्छा जी, पंजाब दे एक होर पिछले दिनी बड़े प्रसिद्ध कलाकार विछोड़ा दे गए सरदूल सिकंदर जी, उन्होंने नाल भी तुहाडा काफ़ी उन्होंने ग्रुप के नाल भी तुसीं काफ़ी काम किया। ग्रुप नाल ही उन्होंने नाल साडा जी घरेलू प्यार सी बहुत ज़्यादा जी। तो सानू सोमे होना तुहानू दस्सिया ना मैं जी, जी शमीम सोमा जी जी उन्होंने उन्हों की कोई रिश्तेदारी सी। तो सोमे होना ने सानू मतलब कि सरदूल नू कोई कुड़ी नहीं सी मिल रही जी। तो फिर असी खेड़ी पिंड जाते होंगे सी उन्होंने उन्होंने मम्मी जी ने मतलब कि उत्थे पिंड ही असी रिहर्सल करनी, असी इत्थों ही गड्डी करके जाना जी ते पिंड प्रैक्टिस करनी। किन्ने इन्हां दे सरदूल गमदूर ते भरपूर भाजी तबले ते हुंदे सीगे ते बड़ा हासा खेडा करना पिंड रहना असी साग नाल रोटी मक्खण दही मम्मी ने बहुत माता जी भैणां वी कच्चे घर हुंदे सी उदों इन्हां दे ते बहुत मतलब कि इन्होंने भी काफ़ी प्रैक्टिस कराई। मर्जी भाजी किमें सरदूल भाजी किमें अनुभव किमें? मैं दसदा जी, क्योंकि मैं तो अमेरिका भी छिंदाई जी मैं अमेरिका लैके गए थी जी, उदो भी सरदूल भाजी की सारी टीम सी जी, तो मैनू तो रखते कोल सी जी, कहते भी तू इधर ही राम जी तो इधर आ जा, इधर ही आ, बहुत प्यार से साढ़ा है ना। तो मैं एक गल करदा भाजी, मैं पहला भी दस्या तुहानू कि बंदा दुनिया तो तुर जांदा उहदे बारे चंगा माड़ा कई कुछ कहिंदे आ, पता नहीं अपने व्यू लैण वास्ते कहिंदे आ, कहदे वास्ते लोक कहिंदे आ गायकी नूं एवें ना, गायकां नूं जां राइटरां नूं इह गल्लां करनियां चंगियां नहीं लगदियां। अपने खेत्र दे बंदे नूं आपे भंडी जाणा सी जी, छोभा नहीं दिंदा। एक तुसीं लैवल अपना उच्चा रखदे हो, दूजे पासे तुसीं भंडी जाने हो जी। सो मैनूं इन्हां गल्लां तों थोड़ा जिहा मैं तां इह मैनूं चुभदियां ने, इदा चाहीदा नहीं। सरदूल भाजी दिल दे माड़े नहीं सी, बिल्कुल सी, गरीबां दी हैल्प करदे सी। असी नार रहे हैं, काफ़ी नार रहे हैं। असी एक चादरा कुर्ता हुंदा सी चिट्टा उहनां कोले जी, ते पाली देत वाली है भाजी है ना, इन्हां दे नाल मुंडा महंगा जांदा हुंदा सी ढोलक ते, उह बाद जाण लगा, पहले साडे नाल सरदूल भाजी नाल जांदा सी, साडे इत्थों नाल ही जांदा हुंदा सी। ते हुण की करना, उस टाइम पता तां हुंदा सी, उस टाइम इह गीत रिकॉर्ड नहीं सी होया, रोडवेज दी लारी इह स्टेजां ते शुरू कीती सी सरदूल भाजी ने जी। फिर जिथे भी जाना है सुनने, तो दो चार गीत साढ़े वाले यही कढ़ ले, लोगों नशे रही दर्शन करते रहे, इदा मतलब दो तीन गीत असी कढ़ा के अपने वाले ही वह चालू करता काम जी। वो प्रेस कर लग्या मुंडा, तो सरदूल भाई का चादरा सड़ गया, चादरा भी उतो सड़िया भाई जितों कुर्ते ने ढके रवे, क्योंकि होर कोई चांस नहीं बनता। फिर दस्या भाई मुंडा घबरा गया, कहता भाई चादरा सड़ गया, कहता कितों कितों सड़िया, कहता जी इधरों सड़िया तो इधरों बन लाँगे, इधरों सड़िया तो इधरों बन लाँगे, सर जाना यह जे मतलब शुगर मेले होंगे रहे हैं भाजी उन्होंने नाल बहुत। असी नत्थो जी प्रोग्राम से सरदूल भाजी साढ़े नाल जदों की मेरी रिकॉर्डिंग हुई है ना जी रमला भाजी नाल जी, तो सरदूल भाजी साढ़े नाल ही गए थे दिल्ली। हाँ जी दिल्ली, तो पहली डेट जिहड़ी सी ना सरदूल भाजी नूं रमला जी ने लेके दिती सी। अच्छा जी। हाँ जी, रोडवेज दी लारी ते चरणजीत भाजी भी उत्थे सीगे जी। ते बाकी तुसीं दसो जिद्दां जी अपनी रिकॉर्डिंग दे विच जी, अपनी रिकॉर्डिंग दे विच इहदा टेस्ट करवाया सीगा रमला जी ने सरदूल जी चरणजीत भाजी नूं कह के जी। ते अज तां दुनिया ते है वैसे गल करनी नहीं चाहीदी, लेकिन थोड़ी सच्चाई है कि वक्त दा कोई पता नहीं हुंदा वी बंदे नूं कित्थे लै जांदा, दिन माड़े तो चंगे भी आते हैं। उस टाइम रोडवेज की लारी गाउन लगे भाजी सरदूल भाजी, तो चरणजीत आहूजा साहब ने गल कही सी कि रमले यार खराश वाले बंदे मेरे जोगे रह गए। ये गल चरणजीत भाई ने कहते भाजी कोई गल नहीं, तुसी चलो कहते मैं तेरी गल मानता पर कोई होर सुना गीत। फिर दो तीन गीत उन्होंने सुनाए सरदूल भाजी ने, फिर रमला भाई कहते भी मेरी डेट छड के ਇਹਨੂੰ ਡੇਟ ਮਿਲਣੀ ਚਾਹੀਦੀ ਹੈ, ਸਰਦੂਲ ਨੂੰ ਡੇਟ ਮਿਲਣੀ ਚਾਹੀਦੀ, ਸਰਦੂਲ ਨੂੰ ਡੇਟ ਮਿਲਣੀ ਚਾਹੀਦੀ ਹੈ। ਤੇ ਉਹਨਾਂ ਨੇ ਦਿੱਤੀ ਸੀ, ਫਿਰ ਉਹਨਾਂ ਨੇ ਡੇਟ ਦਿੱਤੀ, ਕਹਿੰਦੇ ਜੇ ਤੂੰ ਕਹਿੰਦਾ ਠੀਕ ਹੈ। ਤੇ ਜਹੀਰ ਸਾਹਿਬ ਵੀ ਉੱਠ ਕੇ ਖੁਸ਼ ਹੋ ਗਏ ਸੀ, ਕਹਿੰਦੇ ਕੋਈ ਗੱਲ ਨਹੀਂ ਚੱਲਣ ਵਾਲਾ ਮੁੰਡਾ। ਮੈਂ ਇਸ ਤਰ੍ਹਾਂ ਅੱਗੇ ਮਾਈਕ ਤੇ ਗਾ ਰਹੀ ਸੀ, ਸਰਦੂਲ ਭਾਜੀ ਨੂੰ ਦੇਖ ਦੇਖ ਕੇ ਭਾਜੀ ਇਦਾਂ ਨੱਚ ਰਹੇ ਅੱਗੇ, ਦਾਦਾ ਜੀ ਬੈਠੇ ਹੁੰਦੇ ਸੀ ਨਾ ਅੱਗੇ, ਉਹ ਰੂਮ ਹੁੰਦਾ ਸੀ, ਤੇ ਭਾਜੀ ਨੂੰ ਦੇਖ ਦੇਖ ਕੇ ਭਾਜੀ ਨੱਚੀ ਜਾਣ, ਭਾਜੀ ਕਹਿੰਦੇ ਵਧੀਆ ਗਾ ਤੂੰ, ਹੌਸਲਾ ਬਹੁਤ ਦਿੰਦੇ ਸੀ, ਹੌਸਲਾ ਦਿੰਦੇ ਸੀ ਮੈਨੂੰ, ਕਹਿੰਦੇ ਪਤਾ ਕਿ ਥੋੜ੍ਹੀ ਜਿਹੀ ਸੁਰ ਚ ਗਾ ਲਈ ਥੋੜ੍ਹੀ ਜਿਹੀ। ਇਹੋ ਹੀ ਚਮਕੀਲਾ ਬਾਈ ਇਹੀ ਕਹਿੰਦਾ ਹੁੰਦਾ ਸੀ, ਕਹਿੰਦਾ ਘਬਰਾਉਣਾ ਨਹੀਂ, ਡਟੇ ਰਹੋ ਜਿੱਥੇ ਕਿਸੇ ਗੱਲੋਂ ਘਬਰਾ ਗਏ। ਸੱਚੀ ਗੱਲ ਦੱਸਾਂ, ਮੈਨੂੰ ਸੁਰ ਸਰ ਦਾ ਤਾਂ ਕੋਈ ਪਤਾ ਨਹੀਂ ਸੀ ਹੁੰਦਾ, ਉਹਨਾਂ ਨੇ ਪਤਾ ਕਿ ਲੈ ਇੰਨਾ ਸੋਹਣਾ ਤਾਂ ਤੂੰ ਗਾ ਲਿਆ ਜੀ, ਸਾਰੇ ਗਾਣੇ ਬਹੁਤ ਵਧੀਆ ਗਾ ਲੈਂਦੀ ਹੈ, ਐਵੇਂ ਡਰੀ ਜਾਂਦੀ, ਕੋਈ ਨਹੀਂ ਕੋਈ ਨਹੀਂ, ਮੋਜੀ ਚੌਥਾ ਰੱਖ, ਪਤਾ ਨਹੀਂ ਕਿਹੜੇ ਸੁਰ ਤੋਂ ਗਵਾ ਦੇਣਾ, ਫਿਰ ਮੈਂ ਗਾ ਜਾਣਾ ਉੱਥੇ।
वाह जी वाह वाह। इधर होया जी, फिर उस तो बाद जी करनैल गिल साहब जी देख लो उन्होंने तो काफ़ी रिकॉर्डिंग्स आई। हाँ जी, साढ़िया पांच गैसट आई। अच्छा अपने नहीं गिल साहब ना कैसट आई कि तवे आए ਨੇ ਕੈਸਟਾਂ ਆਈਆਂ। ਅੱਛਾ ਕੈਸਟਾਂ ਆਈਆਂ ਨੇ ਜੀ, ਉਦੋਂ ਕੈਸਟਾਂ ਦਾ ਕੈਸਟ ਜੋਗ ਆ ਗਿਆ। ਹਾਂਜੀ ਸੋਨੋ ਟੋਨ ਚੋਂ, ਸੋਨੋ ਟੋਨ ਜੀ, ਸੋਨੋ ਟੋਨ ਚੋਂ ਆਈਆਂ। ਇੱਕ ਆਈ ਸੀ ਪੈਰੀ ਟੋਨ ਚੋਂ। ਅੱਛਾ ਜੀ, ਹਾਂਜੀ ਕਨੈਲ ਗਿੱਲ ਜੀ ਸੋਨੋ ਟੋਨ। ਮੈਂ ਮੇਮਾ ਤਾਂ ਸੋਹਣੀ ਜੀ ਤੇ ਕਾਫੀ ਸੀ ਉਹ ਭਾਜੀ ਮੇਰੇ ਨਾਲ। ਉਦੋਂ ਜਦੋਂ ਮੇਮਾ ਤਾਂ ਸੋਹਣੀ ਆਇਆ ਨਾ ਜੀ ਗਾਣਾ, ਉਹ ਕੈਸਟ ਤੇ ਫੋਟੋ ਉਹਨਾਂ ਨੇ ਪਤਾ ਨਹੀਂ ਮੇਰੀ ਇਕੱਲੀ ਵੀ ਲਾਤੀ। ਅੱਛਾ ਇਹ ਭਾਜੀ ਕਹਿਣਾ ਯਾਰ ਤੇਰੀ ਫੋਟੋ ਇਕੱਲੀ ਦੀ ਲਾਤੀ ਹੈ, ਉਹ ਮੈਂ ਐਡਾ ਸੋਹਣਾ ਸਰਦਾਰ ਸੁਨੱਖਾ, ਮੈਂ ਉਦਾਂ ਹੀ ਰਹਿ ਗਿਆ। ਬੜਾ ਹਿੱਟ ਹੋਇਆ ਸੀ ਉਹ ਕੈਸਟ। ਸੋਹਣੇ ਆ ਯਾਰ ਅਸੀਂ ਵੀ ਹੈ, ਤੇਰੀ ਫੋਟੋ ਕੱਲੀ ਦੀ ਲਾਤੀ ਹੈ ਤੇ ਉਹ ਕੱਲੀ ਦੀ ਮੇਰੀ ਫੋਟੋ ਲੱਗੀ ਹੈ, ਆਲੇ ਦੁਆਲੇ ਮੇਮਾ ਜੀਆਂ ਬਿਠਾਈਆਂ ਹੋਈਆਂ। ਕੈਸਟ ਦਾ ਤੁਸੀਂ ਕਵਰ ਦੇਖੀ ਉਹ? ਅੱਛਾ ਤੇ ਉਹਦੇ ਵਿੱਚ ਗਾਣੇ ਕਾ ਕਰਨੈਲ ਗਿੱਲ ਦੀ, ਕਿਉਂਕਿ ਟਾਈਟਲ ਸੀ ਨਾ ਮੈਂ ਮੇਮਾ ਤਾਂ ਸੋਹਣੀ, ਨਾਲ ਮੇਮਾ ਬਿਠਾਈਆਂ ਹੋਈਆਂ ਨਾ ਵਿਚਾਰ। ਹਾਂਜੀ ਹਾਂ, ਕਰਨੈਲ ਗਿੱਲ ਜੀ ਨਾਲ ਫਿਰ ਅਖਾੜੇ ਵੀ ਲਾਏ ਤੁਸੀਂ? ਵਾਹ ਵਾਧੂ। ਹਾਂਜੀ ਥੋੜੇ ਲਾਏ, ਬਹੁਤੇ ਨਹੀਂ ਮਤਲਬ ਜੀ ਜੀ, ਰਿਕਾਰਡਿੰਗ ਜ਼ਿਆਦਾ ਉਹਨਾਂ ਨਾਲ ਕੀਤੀ। ਅੱਛਾ ਰਿਕਾਰਡਿੰਗ ਜ਼ਿਆਦਾ ਉਹਨਾਂ ਨੇ ਹੋਈ, ਅਖਾੜੇ ਘੱਟ ਲਾਏ। ਹਾਂਜੀ ਹਾਂਜੀ ਜੀ ਜੀ। ਤੇ ਫਿਰ ਮਾਨਕ ਸਾਹਿਬ ਨਾਲ ਵੀ ਤੁਹਾਡਾ ਰਿਹਾ ਕਾਫੀ ਤਾਲਮੇਲ? ਹਾਂਜੀ ਮਾਨਕ ਸਾਹਿਬ ਨਾਲ ਜੀ ਰਿਹਾ ਜੀ। ਇਹ ਦੋ ਫਨਕਾਰ ਨੇ ਜੀ, ਸੁਰਿੰਦਰ ਛਿੰਦਾ ਜੀ ਜੀ ਤੇ ਕੁਲਦੀਪ ਮਾਨਕ ਜੀ ਜੀ। ਇਹਨਾਂ ਦੇ ਵਿੱਚ ਉਸ ਟਾਈਮ ਕਿਉਂਕਿ ਕੰਮ ਦੀ ਤਾਂ ਬੜੀ ਇਹਨਾਂ 'ਤੇ ਮਿਹਰ ਰਹੀ ਹੈ ਜੀ, ਸ਼ੁਰੂ ਤੋਂ ਮਿਹਰ, ਕਿਉਂਕਿ ਮਿਹਨਤ ਤਾਂ ਕੀਤੀਆਂ ਨਾ ਅਤੇ ਫਲ ਤਾਂ ਮਿਲਦਾ ਹੀ ਹੈ। ਉਹਨਾਂ ਨੇ ਆਪਣੀ ਜਗ੍ਹਾ 'ਤੇ ਮਿਹਨਤ ਕੀਤੀ, ਇਹਨਾਂ ਨੇ ਆਪਣੀ ਜਗ੍ਹਾ 'ਤੇ ਕੀਤੀ ਜੀ। ਉਸ ਟਾਈਮ 'ਤੇ ਕੁੜੀਆਂ ਦਾ ਚੱਕਰ ਬੜਾ ਹੁੰਦਾ ਸੀ, ਆਹ ਕੁੜੀ ਨੂੰ ਜਿੱਦਣੋਂ 200 ਰੁਪਇਆ ਵੱਧ ਮਿਲ ਗਿਆ ਉਹਨੇ ਮਾਨਕ ਨਾਲ ਚੱਲ ਜਾਣਾ ਜੀ। ਹੈ ਕੁੜੀ ਨਹੀਂ ਸੀ ਕਹਿੰਦੀ ਹੁੰਦੀ ਵੀ 200 ਰੁਪਇਆ ਵੱਧ, ਮੀਆਂ ਜੀ ਕਹਿ ਦਿੰਦੇ ਹੁੰਦੇ ਸੀ ਯਾਰ ਇੱਧਰੋਂ ਵੱਧ ਮਿਲਦੇ ਪਏ, ਆਪਾਂ ਆਹ ਪ੍ਰੋਗਰਾਮ ਲਾਉਂਦੇ ਹਾਂ ਚਲੋ ਚੱਲੀਏ ਇੱਧਰ। ਇੱਦਾਂ ਸਾਡੀ ਇੱਧਰ ਉੱਧਰ ਟੱਕਰ 2.5 ਸਾਲ ਅਸੀਂ ਮਾਨਕ ਸਾਹਿਬ ਨਾਲ ਕੰਮ ਕੀਤਾ ਅਤੇ ਆਹੀ ਥੋੜ੍ਹਾ ਚਿਰ ਛਿੰਦਾ ਭਾਈ ਨਾਲ, ਥੋੜ੍ਹਾ ਚਿਰ ਮਾਨਕ ਭਾਈ ਨਾਲ, ਇੱਦਾਂ ਹੀ ਵਿੱਚ ਇੱਕ ਹੋਰ ਇਹਨਾਂ ਦਾ ਹੀ ਚੇਲਾ ਛਿੰਦਾ ਜੀ ਦਾ ਕੁਲਦੀਪ ਪਾਰਸ, ਉਹ ਵੀ ਵਿੱਚ ਹੀ ਆ ਗਿਆ ਅਤੇ ਉਹਨੇ ਵਿਚਾਰੇ ਨੇ ਮਿੰਨਤਾਂ ਕਰਨੀ ਆ ਕੇ, ਤੂੰ ਮੌਜੀ ਯਾਰ ਮੇਰਾ ਪ੍ਰੋਗਰਾਮ ਕਢਾ ਦਿਓ ਆਹ। ਬਸ ਸੋ ਬਹੁਤ ਵਧੀਆ ਜੀ, ਮਾਨਕ ਸਾਹਿਬ ਨਾਲ ਤਾਂ ਦੱਸ ਹੀ ਦਿੱਤਾ ਤੁਹਾਨੂੰ ਕਿ ਵਧੀਆ ਜਿੰਨਾ ਵੀ ਸਫ਼ਰ ਆ, ਹੁਣ ਵੀ ਪਰਿਵਾਰ ਪਿਆਰ ਕਰਦਾ ਆ ਉੱਥੇ ਬਹੁਤ, ਉਹ ਤਾਂ ਵੀ ਵਧੀਆ। ਲੇਕਿਨ ਥੋੜ੍ਹਾ ਜਿਹਾ ਨੇੜੇ ਨੂੰ ਆਵਾਂ ਅਤੇ ਜਿਹੜਾ ਅਸਲੀ ਸਾਡਾ ਸਫ਼ਰ ਹੈ ਨਾ ਇਸ ਵੇਲੇ ਤੱਕ ਹੁਣ ਤੱਕ ਇੱਕ ਪਰਿਵਾਰਕ ਤੌਰ 'ਤੇ ਚੱਲ ਰਿਹਾ ਜੋ ਕਿ ਸਾਨੂੰ ਬੱਚਿਆਂ ਵਾਂਗੂ ਸਮਝ ਰਹੇ ਆ, ਉਹਨੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਜੀ ਜੀ ਵਾਹ 27-28 ਸਾਲ ਤਾਂ ਮੈਨੂੰ ਹੋ ਗਏ ਜੀ ਇਸ ਵੇਲੇ ਇਹਨੂੰ, ਕਿਉਂਕਿ ਇਹਨਾਂ ਨੇ ਤਾਂ ਹੁਣ ਬੰਦ ਕਰਤਾ ਸੀ ਨਾ ਜੀ, 28 ਸਾਲ ਮੈਨੂੰ ਹੋ ਗਏ ਮੈਂ ਲਗਾਤਾਰ ਉਹਨਾਂ ਨਾਲ ਜਾ ਰਿਹਾ। ਬੰਦ ਕੀਤੇ ਹੋਏ ਪ੍ਰੋਗਰਾਮ 'ਤੇ ਭਾਅ ਜੀ ਹਜੇ ਵੀ ਮੈਨੂੰ ਜਗਰਾਤਾ ਹੋਵੇ ਨਾ, ਧਾਰਮਿਕ ਪ੍ਰੋਗਰਾਮ ਹੋਵੇ ਤਾਂ ਵੀ ਲੈ ਜਾਂਦੇ ਨੇ ਪ੍ਰੋਗਰਾਮ 'ਤੇ। ਹਾਂਜੀ ਜੁੜੇ ਹੋਏ ਹਾਂ ਉਹਨਾਂ ਨਾਲ ਬਹੁਤ ਬਹੁਤ ਵਧੀਆ, ਸਾਰਿਆਂ ਦੇ ਨਾਲ ਜਿਹੜੇ ਤੁਹਾਡੇ ਸੰਬੰਧ ਵੀ ਕਹਿ ਸਕਦੇ ਆ ਬਹੁਤ ਵਧੀਆ ਰਹੇ ਸਾਰਿਆਂ ਦੇ ਨਾਲ ਤੇ ਮੈਂ ਤੁਹਾਨੂੰ ਤੁਹਾਡੀ ਗੱਲ ਵਿਚਾਲੇ ਭਾਅ ਜੀ, ਮੈਂ ਤੁਹਾਨੂੰ ਇੱਕ ਉਤਸ਼ਾਹ ਦੀ ਗੱਲ ਕਰਦਾ, ਹੌਂਸਲੇ ਦੀ ਗੱਲ ਕਰਦਾ ਕਿ ਇੱਕ ਬੰਦਾ ਹੌਂਸਲਾ ਦੇਣ ਵਾਲਾ ਹੁੰਦਾ, ਇੱਕ ਬੰਦਾ ਹੁੰਦਾ ਯਾਰ ਇਹਨੂੰ ਰਹਿਣ ਦਿਓ ਯਾਰ ਛੱਡ ਪਰੇ ਕੀ ਕਰਨਾ ਜੀ। ਹਰ ਕੋਈ ਕਲਾਕਾਰ ਇਹ ਚਾਹੁੰਦਾ ਸੀ ਉਸ ਵੇਲੇ ਵੀ ਯਾਰ ਜਿਹੜਾ ਬੰਦਾ ਕੰਮ ਕਰਨ ਵਾਲਾ ਉਹ ਨਾਲ ਚਾਹੀਦਾ ਜੀ, ਵਿਹਲਾ ਬੰਦੇ ਦੀ ਤਾਂ ਇੱਕ ਸੀਟ, ਗੱਡੀ ਕਿਹੜੀ ਜਾਂਦੀ ਸੀ ਅੰਬੈਸਰ 'ਚ ਗੱਡੀ ਜਾਂਦੀ ਸੀ ਵੀ, ਇੱਕ ਜਗ੍ਹਾ ਨਹੀਂ ਹੁੰਦੀ ਵੀ ਬੰਦਾ ਕੰਮ ਕਰਨ ਵਾਲਾ ਚਾਹੀਦਾ। ਹੁਣ ਮੈਂ ਤੁਹਾਨੂੰ ਛਿੰਦਾ ਭਾਈ ਦੀ ਗੱਲ ਦੱਸਣ ਲੱਗਿਆ ਜੀ, ਜਿਸ ਤਰ੍ਹਾਂ ਮੈਂ ਇਸ ਲਾਈਨ ਦੇ ਵਿੱਚ ਆਇਆ ਠੀਕ ਹੈ ਨਾ, ਇਹਨਾਂ ਦਾ ਇਹ ਤਾਂ ਗਾਉਂਦੇ ਹੀ ਗਾਉਂਦੇ ਸੀ, ਹੁਣ ਮੈਨੂੰ ਬਹਿਣਾ ਪੈਂਦਾ ਸੀ ਅਤੇ ਸਭ ਤੋਂ ਪਹਿਲਾਂ ਮੈਨੂੰ ਕਹਿਣ ਲੱਗੇ ਤੂੰ ਨਾ ਕੀਬੋਰਡ 'ਤੇ ਹੱਥ ਰੱਖਿਆ ਕਰ, ਨਾਲ 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 ਤੂੰ ਵਜਾਈ ਜਾ, ਹਰਕੀਰਤ ਹੈਗਾ ਇਹ ਬੈਂਜੋ 'ਤੇ ਸਾਂਭ ਲੈਣਾ ਇਹਨੇ ਮਡੋਲੀਅਨ 'ਤੇ, ਤੂੰ ਇਹਨੂੰ ਵਜਾਈ ਜਾ ਇੰਨਾ ਕੁ। ਹੌਲੀ ਹੌਲੀ ਜੀ ਮੈਨੂੰ ਹੌਂਸਲਾ ਦਿੱਤਾ, ਮੈਂ ਜਿੰਨਾ ਕੁ ਸੀਗਾ ਵਜਾਇਆ, ਉਧਰ ਨੂੰ ਹੋ ਗਿਆ ਬੰਦਾ ਨਹੀਂ ਮਿਲਣਾ ਮੈਂ ਸਾਰ ਲੈਣਾ। ਫਿਰ ਮੈਨੂੰ ਕਹਿਣ ਲੱਗੇ ਸਟੇਜ ਮੇਰੀ ਹੈ ਤੂੰ ਮਾਈਕ 'ਤੇ ਬੋਲਿਆ ਕਰ ਹੌਲੀ ਹੌਲੀ। ਮੈਂ ਕਿਹਾ ਭਾਈ ਥੋੜ੍ਹਾ ਝਾਕਾ ਹੁੰਦਾ, ਘੂਰਨਾ ਵੀ ਮੈਂ ਹਾਂ, ਦਲੇਰੀ ਵੀ ਮੈਂ ਦੇਣੀ ਹੈ ਕਿਉਂਕਿ ਸਟੇਜ ਮੇਰੀ ਹੈ ਲੋਕਾਂ ਦੀ ਨਹੀਂ, ਤੈਨੂੰ ਮੈਂ ਕਹਿ ਰਿਹਾ। ਛਿੰਦਾ ਭਾਈ ਨੇ ਇੱਦਾਂ ਕਹਿ ਕੇ ਮੈਨੂੰ ਮਾਈਕ 'ਤੇ ਲਿਆਂਦਾ ਅਤੇ ਅੱਜ ਜੋ ਮੈਂ ਐਂਕਰਿੰਗ ਕਰ ਰਿਹਾ ਨਾ ਹਰ ਪਾਸਿਓਂ ਹੀ, ਜੋ ਮੇਰੇ ਜਿੰਨਾ ਕੁ ਵੀ ਜਿੰਨੇ ਯੁੱਗ ਹੈ ਇਹ ਦੇਣ ਸਾਰੀ ਸੁਰਿੰਦਰ ਛਿੰਦਾ ਜੀ ਦੀ। ਅੱਜ ਸਾਡੇ ਘਰੇ ਜੇ ਚਮਕੀਲੇ ਦਾ ਮੇਲਾ ਲੱਗਦਾ ਨਾ ਤਾਂ ਜੇ ਕਲਾਕਾਰਾਂ ਦਾ ਹੜ੍ਹ ਆਉਂਦਾ ਇਸ ਘਰੇ ਸਰਦੂਲ ਤੱਕ, ਦੁਰਗੇ ਤੱਕ, ਠੀਕ ਹੈ ਜੀ, ਪੰਮੀ ਬਾਈ ਤੱਕ, ਸਾਵਰਕੋਟੀ ਤੱਕ, ਕਿਹੜੇ ਕਿਹੜੇ ਨਾਂ ਗਣਾਵਾਂ, ਉਹ ਸਾਰੇ ਛਿੰਦਾ ਜੀ ਦੀ ਬਦੌਲਤ ਸਭ ਤੋਂ ਪਹਿਲਾਂ ਮੇਰੇ ਘਰ ਬਹਿੰਦੇ ਆ, ਇੱਥੋਂ ਚਾਹ ਪੀ ਕੇ ਫਿਰ ਅਗਲੀ ਸਟੇਜ 'ਤੇ ਜਾਂਦੇ ਰਹੇ ਜੀ।
इन्ना क हुण तक सानू रब ने जोड़िया होया। मैं कहना परमात्मा उन्हां दी उम्र लंबी करे, सानू जोड़ी रखण इदां ही आई है जी। बहुत ही वधिया जी, बहुत वधिया तुहाडा जिहड़ा मतलब ये ਤੁਹਾਡਾ ਟਾਈਮ ਜਿਹੜਾ ਗਾਇਕੀ ਦਾ ਸੁਨਹਿਰਾ ਦੌਰ ਆ ਬੜਾ ਵਧੀਆ ਹੰਡਾਇਆ ਤੁਸੀਂ, ਇਹ ਕਹਿ ਸਕਦੇ ਹਾਂ ਬਹੁਤ ਸੋਹਣਾ। ਅੱਜ ਕੱਲ੍ਹ ਫਿਰ ਜਿਵੇਂ ਤੁਸੀਂ ਭਾਅ ਜੀ ਹੁਣੇ ਕਿਹਾ ਸੀਗਾ, ਫਿਰ ਅੱਜ ਕੱਲ੍ਹ ਗਾਇਕੀ ਤੋਂ ਪਿੱਛੇ ਹਟੇ ਹੋ ਥੋੜ੍ਹਾ ਕਿ? ਅੱਜ ਕੱਲ੍ਹ ਤਾਂ ਇੱਦਾਂ ਜੀ, ਉਸ ਟਾਈਮ ਦੀ ਥੋੜ੍ਹੀ ਮੈਂ ਹੁਣ ਆਪਣੀ ਵੀ ਗੱਲ ਲੈ ਆਈ ਵਿੱਚ ਜੀ, ਠੀਕ ਹੈ ਨਾ। ਉਸ ਟਾਈਮ ਕੀ ਹੋਇਆ ਵੀ ਸਾਨੂੰ, ਮੈਨੂੰ ਵੀ ਤਾਂ ਸ਼ੌਕ ਸੀਗਾ ਵੀ ਮੈਂ ਵੀ ਯਾਰ ਵੀ ਕੋਈ ਨਾ ਕੋਈ ਛੱਡਾਂ ਲੱਲਾ ਭਾਪਾ ਜਿਹਾ ਕਰ ਦਈਏ ਕੋਈ ਨਾ ਕੋਈ। ਫਿਰ ਅਸੀਂ ਇੱਕ ਕੈਸਟ ਕਰਾਈ ਸੀ ਜੀ, ਤੇ ਜੋਸ਼ ਚ ਆ ਗਏ, ਕਹਿੰਦੇ ਤੂੰ ਛੱਡ ਪਰੇ ਸਾਰੇ ਕਲਾਕਾਰਾਂ ਨਾਲ ਗਾਇਆ, ਹੁਣ ਮੇਰੇ ਨਾਲ ਮੇਰੇ ਨਾਲ ਵੀ ਗਾ। ਠੀਕ ਹੈ, ਫਿਰ ਅਸੀਂ ਕਿਹਾ ਵੀ ਚੱਕ ਲਓ ਡਰਾਈਵਰ ਪੁਰਜੇ ਨੂੰ, ਲਾ ਦਿੰਦੇ ਗੀਤ ਚਮਕੀਲੇ ਦਾ, ਯਾਨੀ ਕਿ ਟਰੱਕ ਡਰਾਈਵਰ ਜੀ ਹੈ ਨੀ, ਉਹਨਾਂ ਦਾ ਗੀਤ। ਫਿਰ ਉਹ ਅਸੀਂ ਕੈਸਟ ਕਰਾਈ ਜੀ। ਫਿਰ ਉਹ ਤੋਂ ਬਾਅਦ ਮੁੰਡਾ ਇੱਕ ਸੀਗਾ ਕੈਨੇਡਾ ਦਾ ਸਾਡਾ ਦੋਸਤ, ਤੇ ਉਹਨੇ ਫਿਰ ਮੇਲੇ ਲੈ ਕੇ ਚੱਲ ਜੀਜਿਆ, ਉਹਦੀ ਉਹਨੇ ਫਿਰ ਪੂਰੀ ਕੈਸਟ ਕਰਾਈ ਜੀ। ਇਸ ਤਰ੍ਹਾਂ ਸਾਡਾ ਵੀ ਹੋਇਆ। ਫਿਰ ਇੱਕ ਇਹਨਾਂ ਦੀ ਸੋਲੋ ਕੈਸਟ ਆਈ ਸੀ ਜੀ, ਹਾਣੀ ਅੱਡ ਹੋ ਜਾ, ਅਤੇ ਇਸ ਤਰ੍ਹਾਂ ਦਾ ਮਤਲਬ ਥੋੜ੍ਹਾ ਜਿਹਾ ਚੱਲਦੇ ਰਹੇ। ਫਿਰ ਜਦੋਂ ਦੇਖਿਆ ਵੀ ਪੈਸਾ ਮਾਨਕ ਸਾਹਿਬ ਵੱਲੋਂ ਵੀ ਮਿਲ ਰਹੇ ਆ, ਅਤੇ ਪੈਸੇ ਛਿੰਦਾ ਜੀ ਵੱਲੋਂ ਮਿਲ ਰਹੇ ਆ, ਅਤੇ ਪੈਸੇ ਪਾਰਸਲ ਵੀ ਮਿਲ ਰਹੇ ਆ, ਇਹ ਤਿੰਨੇ ਭਿੜੇ ਹੋਏ ਸੀ ਜੀ, ਕਿ ਮਾਨਕ ਜੀ ਅਤੇ ਛਿੰਦਾ ਜੀ ਦਾ ਜ਼ਿਆਦਾ ਸੀ ਕੰਮ ਜ਼ਿਆਦਾ। ਅਸੀਂ ਕਿਹਾ ਵੀ ਯਾਰ ਛੱਡੋ ਪਰੇ, ਆਪਣਾ ਕੀ ਲੈਣਾ, ਗਾ ਕੇ ਸਾਨੂੰ ਪੈਸੇ ਮਿਲੀ ਜਾਂਦੇ ਆ, ਠੀਕ ਹੈ ਜੀ। ਅਤੇ ਅੱਜ ਜੇ ਮਾੜੀ ਮੋਟੀ ਕੁੱਲੀ ਦੇ ਵਿੱਚ ਬੈਠੇ ਹਾਂ, ਅਤੇ ਛਿੰਦਾ ਜੀ ਦੀ ਬਦੌਲਤ, ਇਹਨਾਂ ਦੀ ਬਦੌਲਤ ਬੈਠੇ ਹਾਂ। ਵਾਹ ਜੀ ਵਾਹ, ਕਿਉਂਕਿ ਜੇ ਅਸੀਂ ਆਪਣੀ ਗਾਇਕੀ ਰਹਿੰਦੇ ਹੁੰਦਾ ਭੁੱਖੇ ਹੀ ਮਰਦੇ ਜੀ ਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਮਤਲਬ ਤੁਸੀਂ ਦੋ ਹੀ ਕਾਸਟਾਂ ਕੀਤੀਆਂ ਜਿਵੇਂ ਦੱਸਿਆ, ਹਾਂ ਜੀ, ਇਹਨਾਂ ਦੀ ਸੋਲੋ ਤਿੰਨ ਕਾਸਟਾਂ ਕੀਤੀਆਂ ਤੁਸੀਂ, ਪਰ ਤੁਹਾਡੇ ਜਿੰਨੇ ਵੀ ਹੈ ਸਾਰੇ ਸਾਂਭਣ ਯੋਗ ਗੀਤ ਨੇ, ਸਾਰੇ ਬਹੁਤ ਵਧੀਆ। ਤੁਹਾਡੇ ਜਿੰਨਾ ਵੀ ਤੁਸੀਂ ਗਾਇਆ, ਭਾਵੇਂ ਤੁਸੀਂ ਦੋਨਾਂ ਨੇ ਗਾਇਆ ਜਾਂ ਤੁਸੀਂ ਹੋਰ ਕਲਾਕਾਰਾਂ ਨੇ ਗਾਇਆ, ਸਾਰੇ ਤੁਹਾਡਾ ਸਾਂਭਣ ਯੋਗ ਮਟੀਰੀਅਲ ਹੈ, ਸਾਰਾ ਬਹੁਤ ਵਧੀਆ। ਅਤੇ ਗਾਣੇ ਭਾਅ ਜੀ ਕੋਈ ਹੋਰ ਦਰਸ਼ਕਾਂ ਦੇ ਰੂਬਰੂ? ਹਾਂ ਜੀ ਹੋਊਗਾ ਜੀ, ਹੋਊਗਾ, ਕਿਉਂ ਨਹੀਂ ਹੋਊਗਾ, ਕਰੋ ਜੀ। ਕਿਸਾਨਾਂ ਦਾ ਗੀਤ ਹੈ ਜੀ। ਵਾਹ ਜੀ ਵਾਹ, ਘਰ ਵਾਲੀ ਕਹਿੰਦੀ ਹੈ ਵੀ ਤੂੰ ਸਾਰਾ ਦਿਨ ਖੇਤਾਂ ਦੇ ਵਿੱਚ ਹਲ ਵਾਹ ਕੇ ਟੁੱਟਿਆ ਥੱਕਿਆ ਆਉਣਾ, ਤੂੰ ਹੁਣ ਬਹਿ ਜਾ, ਆ ਜਾ ਮੈਂ ਤੇਰੀ ਸੇਵਾ ਕਰਾਂ, ਲੱਤਾਂ ਘੁੱਟਾਂ, ਠੰਡਾ ਪਾਣੀ ਪੀ, ਲੱਸੀ ਪੀ, ਦੁੱਧ ਪੀ, ਚਾਹ ਪੀ, ਹੁਣ ਸ਼ਾਮ ਨੂੰ ਕੋਲ ਬਿਠਾ ਕੇ। ਉਹ ਕਹਿੰਦਾ ਮੈਂ ਜੱਟ ਹੈ, ਮੈਂ ਖੇਤੀ ਕਰਨ ਵਾਲਾ ਬੰਦਾ ਹਾਂ, ਕਿਸਾਨੀ ਕਰਨ ਵਾਲਾ ਬੰਦਾ, ਮੈਂ ਕਦੇ ਹਾਰਿਆ ਥੱਕਿਆ ਨਹੀਂ, ਮੈਂ ਹਾਰਦਾ ਨਹੀਂ। ਹੁਣ ਕੀ ਕਹਿੰਦੀ ਹੈ, ਤੜਕੇ ਉੱਠ ਖੇਤਾਂ ਨੂੰ ਜਾਵੇਂ, ਸਾਰਾ ਦਿਨ ਤੂੰ ਹਲ ਪਿਆ ਵਾਵੇਂ, ਹਲ ਛੱਡ ਕੇ ਫਿਰ ਚਰੀ ਲਿਆਵੇਂ, ਉਹ ਵੀ ਸਿਰ ਤੇ ਢੋਏਗਾ। ਆਵੇ ਗੱਭਰੂਆ ਲੱਤਾਂ ਕੁੱਟਾਂ ਥੱਕਿਆ ਹੋਇਆ ਹੋਏਗਾ, ਆਵੇ ਗੱਭਰੂਆ ਲੱਤਾਂ ਕੁੱਟਾਂ ਥੱਕਿਆ ਹੋਇਆ ਹੋਏਗਾ। ਹੁਣ ਨਾ ਮੈਂ ਨਿਆਣਾ ਨਾ ਮੈਂ ਸਿਆਣਾ, ਕੰਮ ਧੰਦੇ ਨੂੰ ਮੈਂ ਕੀ ਜਾਣਾ, ਨਾ ਮੈਂ ਨਿਆਣਾ ਨਾ ਮੈਂ ਸਿਆਣਾ, ਕੰਮ ਧੰਦੇ ਨੂੰ ਮੈਂ ਕੀ ਜਾਣਾ, ਅੱਥ ਨੂੰ ਤੇਰੇ ਢੋਲ ਨੇ ਮਾਣਾ, ਅੱਥ ਨੂੰ ਤੇਰਾ ਮਾਹੀ ਨੇ ਮਾਣਾ, ਕੋਲ ਤੇਰੇ ਜਦ ਬਹਿ ਜਾਂਦਾ ਮੋਰਨੀਏ ਮੇਰੇ ਹਾਣ ਦੀਏ, ਤੈਨੂੰ ਵੇਖ ਤੱਕੇਵਾਂ ਲੈ ਜਾਂਦਾ ਮੋਰਨੀਏ ਮੇਰੀ ਘੁੱਗੀਏ ਨੀ, ਤੈਨੂੰ ਵੇਖ ਤੱਕੇਵਾਂ ਲੈ ਜਾਂਦਾ। ਅੱਛਾ ਊਸ਼ਾ ਭੈਣ ਜੀ, ਕੋਈ ਨਵਾਂ ਗੀਤ ਵੀ ਲੈ ਕੇ ਆ ਰਹੇ ਹੋ, ਕੋਈ ਟਰੈਕ ਹੁਣ? ਹਾਂਜੀ ਭਾਅ ਜੀ, ਕਿਸਾਨਾਂ ਬਾਰੇ ਲੈ ਕੇ ਆ ਰਹੇ ਹਾਂ ਨਵਾਂ ਜੀ, ਬਹੁਤ ਵਧੀਆ। ਗੁਲਾਬ ਭਾਅ ਜੀ ਨੇ ਜੀ ਉਹਨਾਂ ਦਾ ਲਿਖਿਆ ਗਾਣਾ, ਬਹੁਤ ਅੱਛਾ ਲਿਖਦੇ ਨੇ ਜੀ। ਗੁਲਾਬ ਭਾਅ ਜੀ ਸੁਰਖਪੁਰੀਆ ਜੀ, ਭਾਅ ਜੀ ਫਰੋਮ UK ਜੀ। ਦੇਖ ਲਓ ਕੈਸੀ ਗੱਲ ਹੈ, ਸਾਨੂੰ ਤਾਂ ਐਡਾ ਬਹੁਤ ਮਾਣ ਹੈ ਜੀ, ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਜੀ ਆਪਣੇ ਵਤਨ ਦੀ ਮਿੱਟੀ ਨੂੰ ਪਿਆਰ ਕਰਦੇ ਆ ਜੀ, ਹੈ ਜੀ, ਵਤਨ ਦੀ ਮਿੱਟੀ ਨਾਲ ਪਿਆਰ ਕਰਦੇ ਹੋਏ ਆਪਣੇ ਰੀਤੀ ਰਿਵਾਜ਼ਾਂ ਨੂੰ ਪਿਆਰ ਕਰਦੇ ਆ, ਅਤੇ ਉਹਨਾਂ ਨੇ ਕਿਸਾਨੀ ਬਾਰੇ ਗੀਤ ਲਿਖਿਆ। ਉਹ ਕਹਿੰਦੇ ਵੀ ਅਸੀਂ ਵੀ ਅੰਨਦਾਤਾ ਜਿਹੜਾ ਹੈ ਉਹ ਉਹਦੇ ਸਿਰ 'ਤੇ ਹੀ ਜੀਨੇ ਅਸੀਂ ਜੀ, ਠੀਕ ਹੈ ਨਾ। ਜੇ ਕਿਸਾਨ ਨਾ ਹੋਣ, ਅੰਨਦਾਤਾ ਨਾ ਹੋਵੇ ਤਾਂ ਅਸੀਂ ਖਾਵਾਂਗੇ ਕਿੱਥੋਂ। ਬੜੀ ਵਧੀਆ ਸੋਚ ਹੈ ਜੀ ਗੁਲਾਬ ਸਿੰਘ ਜੀ ਦੀ, ਫਰੋਮ UK ਅਤੇ ਜਿਹੜਾ ਕਿ ਗੀਤਾਂ ਦੇ ਵਿੱਚ ਨਾਂ ਉਹਨਾਂ ਦਾ ਆਇਆ ਸੁਰਖਪੁਰੀ ਆ। ਔਰ ਗੀਤ ਤੋਂ ਬਾਅਦ ਮੈਂ ਤਾਂ ਇਹੀ ਗੱਲ ਕਹਾਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਹ ਬੁਲੰਦੀਆਂ 'ਤੇ ਹੋਣਗੇ, ਜੋ ਇਹਨਾਂ ਦੀ ਸੋਚ ਹੈ, ਜਿੱਦਾਂ ਦਾ ਇਹਨਾਂ ਦਾ ਚਾਲ ਚੱਲਣ ਤਰੀਕਾ ਆ, ਬੋਲਣ ਚੱਲਣ ਦਾ, ਬੈਠਣ ਉੱਠਣ ਦਾ, ਹਰ ਇੱਕ ਨੂੰ ਮੁਹੱਬਤ ਦਿੰਦੇ ਆ, ਠੀਕ ਹੈ ਜੀ। ਅਤੇ ਉਹਨਾਂ ਦੀਆਂ ਲਿਖੀਆਂ ਲਾਈਨਾਂ ਨੇ, ਉਹਨਾਂ ਦੀਆਂ ਲਿਖੀਆਂ ਲਾਈਨਾਂ ਦਰਸ਼ਕਾਂ ਦੇ ਰੂਬਰੂ ਕਰੋ ਜੀ। ਹਾਂਜੀ ਸਾਡੇ ਪਿੰਡ ਦਾ ਰਿਵਾਜ ਨਿਆਰਾ, ਸੁਣ ਸੈਂਟਰ ਦੇ ਠੇਕੇਦਾਰਾ, ਸਾਡੇ ਪਿੰਡ ਦਾ ਰਿਵਾਜ ਨਿਆਰਾ, ਸੁਣ ਸੈਂਟਰ ਦੇ ਠੇਕੇਦਾਰਾ,
किसानी तिया अंदोलन भारा सेकणगे पोरी पोरी नू पुत बना के छड़णगे छड़ियां दे मोरी नू पुत बना के छड़णगे छड़ियां दे मोरी नू जट ता पुत बना के छड़णगे छड़ियां दे मोरी नू। वाह जी वाह जी, बहुत ही खूबसूरत है जी। और किसान जेड़े इन्ने लंबे टाइम तो जेड़े बॉर्डर ते बैठे संघर्ष कर रहे हैं जी, सानू असी ता मतलब साडे ता रब ने जी किसान जी, जी, जी। जिन्हां ने सानू रिज़्क दिता, जिन्हां दे घरां च जाके असी प्रोग्राम लाए है। मैं ता बहुत छोटी जी सी, किसानां दे नाल असी उदों दे जुड़े हुए हैं। असी किसानां दे किसान यूनियन दे प्रोग्राम भी कीते है। निर्मल सिद्धू की नाम से निर्मल सिद्धू ट्रालियां लेके आया, असी ट्रालियां च उहनां दे नाल मतलब की बहुत देर पहलां दी गल है, इक ढोलक इक हारमोनियम दे नाल ਉਦੋਂ ਗਾਉਂਦੇ ਹੁੰਦੇ, ਕਾਫੀ ਪੁਰਾਣੀਆਂ ਗੱਲਾਂ ਨੇ। ਦਿਨ ਰਾਤੀ ਟੁੱਟ ਮਰਦਾ ਦੱਸ ਜਾਂਦੀਆਂ ਨੇ ਕਿੱਧਰ ਕਮਾਈਆਂ, ਇਦਾਂ ਦੇ ਗਾਣੇ ਬਹੁਤ ਸੀਗੇ। ਸੋ ਦਿਨਾਂ ਚਾਹ ਜੁੜਦੀ ਸਭ ਆਸਾਂ ਨੇ ਤਰਿਆਈਆਂ। ਗੁਲਾਬ ਸਿੰਘ ਜੀ ਨੇ ਕੁਝ ਲਾਈਨਾਂ ਲਿਖੀਆਂ ਜੀ ਬਹੁਤ ਪਿਆਰੀਆਂ ਜੀ, ਕਿ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ, ਅੱਜ ਕੱਲ੍ਹ ਜਿਹੜਾ ਸਮੇਂ ਨੂੰ ਬਚਾ ਜਾਂਦਾ ਨਾ ਜੀ, ਉਹ ਸਮਝੋ ਵੀ ਸਿਆਣਾ ਹੀ ਹੈ। ਉਹ ਕਹਿੰਦੇ ਨੇ ਕਿ ਸੁੱਖ ਮਿਲਦਾ ਨਾਲ ਨਸੀਬਾਂ ਦੇ। ਗੁਲਾਬ ਸਿੰਘ ਜੀ ਸੁਰਖਪੁਰੀਆ ਭਾਈ ਦੀਆਂ ਲਾਈਨਾਂ ਨੇ ਜੀ, ਸੁੱਖ ਮਿਲਦਾ ਨਾਲ ਨਸੀਬਾਂ ਦੇ, ਦੁੱਖ ਕਦਮ ਕਦਮ ਤੇ ਆ ਜਾਂਦਾ। ਅੱਜ ਕੱਲ ਤਾਂ ਉਹੀਓ ਸਿਆਣਾ ਏ ਸੁਰਖਪੁਰੀਆ ਜੋ ਵਕਤ ਬਚਾ ਜਾਂਦਾ, ਵਕਤ ਬਚਾ ਜਾਂਦਾ, ਜਿਹੜਾ ਵਕਤ ਨੂੰ ਬਚਾ ਗਿਆ ਉਹ ਸਿਆਣਾ ਆ, ਜਿਹੜਾ ਵਕਤ ਨੂੰ ਖਿਝਾ ਗਿਆ ਉਹ ਨਿਆਣਾ ਹੀ ਨਿਆਣਾ ਆ, ਸਮਝ ਲਓ ਜੀ। ਉਸ ਤੋਂ ਬਹੁਤ ਪਿਆਰੀਆਂ ਲਾਈਨਾਂ ਉਹਨਾਂ ਦੀਆਂ, ਇਸ ਕਰਕੇ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ, ਅਸੀਂ ਨਾਲ ਜੁੜੇ ਰਹੀਏ ਜੀ 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 ਬਿਲਕੁਲ ਜੀ। ਤੁਸੀਂ ਮੈਦਾਨ ਦੇ ਵਿੱਚ, ਔਰ ਖਾਸ ਗੱਲ ਇਹ ਹੈ ਭੈਣ ਜੀ ਕਿ ਜਿੱਦਾਂ ਸਮੇਂ ਦੇ ਲਿਹਾਜ਼ ਦੇ ਨਾਲ ਕਈ ਸਿੰਗਰਾਂ ਦੀ ਆਵਾਜ਼ 'ਤੇ ਫਰਕ ਪੈ ਜਾਂਦਾ, ਲੇਕਿਨ ਤੁਹਾਡੀ ਆਵਾਜ਼ ਅੱਜ ਵੀ ਉਵੇਂ ਹੀ ਟਣਕਦੀ ਹੈ। ਔਰ ਮੇਰੇ ਖਿਆਲ 'ਚ ਤੁਸੀਂ ਦੁਬਾਰਾ ਮੈਦਾਨ ਦੇ ਵਿੱਚ ਡਟੇ ਰਹੋ, ਦੁਬਾਰਾ ਆਓ, ਹੋਰ ਗੀਤ ਵੀ ਲੈ ਕੇ ਆਓ, ਤੁਸੀਂ ਦੁਗਾਣੇ ਲੈ ਕੇ ਆਓ, ਸੋਲੋ ਵੀ ਲੈ ਕੇ ਆਓ। ਜ਼ਰੂਰ ਜੀ, ਹੁਣ ਭਾਅ ਜੀ ਜੁੜੇ ਨੇ ਨਾਲ, ਦੇਖੋ ਬਹੁਤ ਵਧੀਆ ਜੀ। ਅੱਛਾ ਫਿਰ ਭੈਣ ਜੀ, ਬਾਹਰ ਦੇ ਕਿੰਨੇ ਕੁ ਟੂਰ ਲਾਏ, ਕਿੱਥੇ ਕਿੱਥੇ ਹੋ ਗਏ ਹੋ ਤੁਸੀਂ? ਬਾਹਰ ਦੇ ਕਾਫੀ ਟੂਰ ਲਾਏ ਹੈ, ਸਭ ਤੋਂ ਪਹਿਲਾਂ ਟੂਰ ਲਾਇਆ ਸੀ ਜੀ ਪਾਲੀ ਦੇਤ ਵਾਲੀ ਆ ਜੀ। ਹਾਂਜੀ, ਕੀ ਬਾਤ ਹੈ। ਉਹਨਾਂ ਨਾਲ ਗਏ ਸੀ ਅਸੀਂ ਬਹਿਰੀਨ ਜੀ। ਹਾਂਜੀ, ਬਹੁਤ ਅੱਛੀ ਨੇਚਰ ਹੈ ਉਹਨਾਂ ਦੀ ਵੀ ਜੀ ਜੀ, ਤੇ ਉਹਨਾਂ ਨਾਲ ਗਾਇਆ ਮੈਂ ਜੀ ਜੀ। ਹਾਂਜੀ, ਇੱਥੇ ਪ੍ਰੋਗਰਾਮ ਵੀ ਕੀਤੇ ਨੇ ਤੇ ਬਹਿਰੀਨ ਵੀ ਅਸੀਂ ਉਹਨਾਂ ਨਾਲ, ਬਹੁਤ ਵਧੀਆ ਸ਼ੋਅ ਸੀ, ਇੰਨਾ ਜ਼ਿਆਦਾ ਭਰਿਆ ਸੀ ਸ਼ੋਅ ਉਹ ਜੀ, ਮੈਂ ਤਾਂ ਹੈਰਾਨ ਹੀ ਹੋ ਗਈ ਦੇਖ ਕੇ ਕਿ ਇੰਨਾ ਲੋਕ ਸਭ ਤੋਂ ਪਹਿਲਾਂ ਬਹਿਰੀਨ ਨੂੰ ਇੰਨਾ ਪਿਆਰ ਕਰਦੇ। ਸਭ ਤੋਂ ਪਹਿਲਾਂ ਬਹਿਰੀਨ ਗਏ ਤੁਸੀਂ? ਹਾਂਜੀ, ਸਭ ਤੋਂ ਪਹਿਲਾਂ ਟੂਰ ਬਹਿਰੀਨ ਦਾ ਸੀ। ਤੇ ਫਿਰ ਹੋਰ ਕਿਹੜੇ ਕਿਹੜੇ ਸਿੰਗਰਾਂ ਨਾਲ, ਕਿੱਥੇ ਕਿੱਥੇ ਤੁਸੀਂ? ਉਸ ਤੋਂ ਬਾਅਦ ਛਿੰਦਾ ਜੀ ਨਾਲ ਅਮਰੀਕਾ ਗਏ ਜੀ ਜੀ, ਸਾਨੂੰ ਭਾਜੀ ਲੈ ਕੇ ਗਏ ਆ ਅਮਰੀਕਾ ਜੀ, ਫਿਰ ਛਿੰਦਾ ਜੀ ਨਾਲ ਹੀ ਅਸੀਂ ਕੈਨੇਡਾ ਗਏ ਜੀ। ਠੀਕ ਹੈ ਜੀ, ਤੇ ਰਮਲਾ ਜੀ ਦੀ ਬਦੌਲਤ ਅਸੀਂ ਇੰਗਲੈਂਡ ਗਏ 7-8 ਵਾਰ। ਵਾਹ, ਹਾਂਜੀ, ਉਹਨਾਂ ਦੀ ਬਦੌਲਤ ਅਸੀਂ ਇੰਗਲੈਂਡ ਗਏ ਹਾਂ ਜੀ। ਚਲੋ, ਤਕਰੀਬਨ ਤੁਸੀਂ ਕਾਫੀ ਦੁਨੀਆ ਜਿਹੜੀ ਉਹ ਗਾਈ ਆ, ਔਰ ਪੂਰੇ ਵਰਲਡ ਦੇ ਵਿੱਚ ਤੁਹਾਨੂੰ ਚਾਹਣ ਵਾਲੇ ਜਿਹੜੇ ਬੈਠੇ ਨੇ। ਮਿਹਰਬਾਨੀ ਜੀ, ਬਹੁਤ ਬਹੁਤ। ਤੇ ਦੇਖੋ ਭੈਣ ਜੀ, ਤੁਸੀਂ ਤੇ ਗਾਇਕੀ 'ਚ, ਜਿਵੇਂ ਤੁਸੀਂ ਦੱਸਿਆ ਤੁਸੀਂ ਆ ਗਏ ਗਾਇਕੀ 'ਚ, ਤੁਹਾਨੂੰ ਤੁਹਾਡੇ ਪਤੀ ਦੇਵ ਲੈ ਕੇ ਆ ਗਏ, ਚਲੋ ਕੋਈ ਖਾਸ ਪ੍ਰੋਬਲਮ ਨਹੀਂ ਆਈ, ਤੇ ਜਦੋਂ ਤੁਸੀਂ ਗਾਇਕੀ 'ਚ ਆਏ ਫਿਰ ਕੋਈ ਪਰਿਵਾਰ ਵਾਲਿਆਂ ਦਾ ਜਾਂ ਕੋਈ ਰਿਸ਼ਤੇਦਾਰਾਂ ਦਾ ਵਿਰੋਧ ਵੀ ਚੱਲਣਾ ਪਿਆ ਕਿ ਨਹੀਂ? ਹੁੰਦਾ ਸੀ ਵਿਰੋਧ ਜੀ ਜਦੋਂ ਅਸੀਂ ਘਰ ਜਾਣਾ ਨਾ, ਪਹਿਲਾਂ ਤਾਂ ਜਦੋਂ ਸਾਡੇ ਘਰ ਦੇ ਸੀ ਮੇਰੇ ਮੰਮੀ ਡੈਡੀ ਜੀ, ਉਹੀ ਮਤਲਬ ਕਿ ਚੰਗਾ ਨਹੀਂ ਸਮਝਦੇ ਸੀਗੇ। ਇੱਕ ਮਿੰਟ ਜੀ, ਤੁਹਾਡੀ ਗੱਲ ਵਿਚਾਲੇ ਆ, ਹੁਣ ਵਿਰੋਧ ਦੀ ਗੱਲ ਮੈਂ ਦੱਸਦਾ। ਹਾਂਜੀ, ਜਦੋਂ ਤੁਹਾਨੂੰ ਮੈਂ ਪਹਿਲੀ ਗੱਲ ਦੱਸ ਚੁੱਕਾ ਜੀ ਕਿ ਸਾਡੀ ਮੰਗਣੀ ਹੋਣੀ ਹੋਈ ਸੀ ਤਾਂ ਮੈਂ ਫੋਟੋ ਮੰਗੀ ਸੀ। ਅੱਛਾ, ਉਹ ਫੋਟੋ ਦਾ ਵਿਰੋਧ ਹੋਇਆ ਸੀ, ਇਹ ਤਾਂ ਫਿਰ ਗਾਇਕੀ ਸੀ, ਇਹ ਗਾਇਕੀ ਸੀ, ਉਹੀ ਤਾਂ ਮੈਂ ਕਹਿ ਰਿਹਾ, ਇੱਥੇ ਤਾਂ ਵਿਰੋਧ ਹੋਣਾ ਹੀ ਸੀ। ਉਹ ਤਾਂ ਬਹੁਤ ਭੈੜਾ ਸਮਝਦੇ ਸੀ ਪਿੰਡਾਂ ਦੇ ਵਿੱਚ ਉਹ ਵੀ, ਪਰ ਸਾਡਾ ਜਿਹੜਾ ਇਲਾਕਾ ਆ ਨਾ ਹਿਮਾਚਲ ਦਾ ਜੀ, ਉਧਰ ਕੁੜੀਆਂ ਨੂੰ ਗਾਣਾ ਕੋਈ ਚੰਗਾ ਨਹੀਂ ਸਮਝਦੇ ਸੀ, ਤੇ ਵੀ ਜਦੋਂ ਮੈਂ ਜਾਣਾ, ਪਰ ਜਦੋਂ ਕਾਮਯਾਬ ਹੋ ਗਏ ਸੋਹਣੇ, ਮਤਲਬ ਕਿ ਨਾਂ ਬਣ ਗਿਆ ਪੂਰਾ, ਨਾਂ ਬਣ ਗਿਆ, ਭੈਣਾਂ ਭਰਾਵਾਂ ਨੂੰ ਵੀ ਜਦੋਂ ਜਾਣਾ, ਕੁਛ ਨਾ ਕੁਛ ਲੈ ਕੇ ਜਾਣਾ, ਕੁਛ ਹੈਲਪ ਕਰਨੀ, ਉਹਦੇ ਕਰਕੇ ਫਿਰ ਬਹੁਤ ਸਾਰੇ ਪਿਆਰ ਕਰਦੇ ਸੀ। ਹਾਂਜੀ, ਮੇਰੇ ਡੈਡੀ ਬਹੁਤ ਪਿਆਰ ਕਰਨਗੇ, ਉਹ ਤਾਂ ਕਹਿੰਦੇ ਸੀ ਅਸੀਂ 5 ਭੈਣਾਂ ਆ, ਤੇ ਉਹ ਤਾਂ ਕਹਿੰਦੇ ਮੇਰਾ ਪੋਤੀ ਤੂੰ ਹੈ ਜੀ ਜੀ, ਮੇਰੇ ਮੰਮੀ ਡੈਡੀ। ਵਾਹ ਵਾਹ ਵਾਹ, ਹਾਂਜੀ, ਇਹ 5 ਭੈਣਾਂ ਨੇ ਜੀ ਜੀ, ਅਸੀਂ 5 ਦੇ ਵਿੱਚੋਂ 4 ਨੂੰ, ਇੱਕ ਨੂੰ ਛੱਡ ਕੇ ਮੈਂ ਕਦੇ ਉਹ ਰਿਸ਼ਤਾ ਨਹੀਂ ਸਮਝਿਆ ਵੀ ਜਿਹੜਾ ਬਣਦਾ ਜੀ, ਅਸੀਂ ਬਿਲਕੁਲ ਧੀਆਂ ਵਾਂਗੂ ਉਹਨਾਂ ਨੂੰ ਪਾਲਿਆ ਜੀ ਜੀ, ਹੱਥੀ ਜਿੰਨਾ ਸੋਇਆ ਹੱਥੀ ਵਿਆਹੀਆਂ ਨੇ, ਸਾਰਾ ਬਹੁਤ ਵਧੀਆ ਜੀ, ਆਪਣੇ ਆਪਣੇ ਸਾਰੇ ਠੀਕ ਨੇ, ਇੱਜ਼ਤਦਾਰ ਹੈ, ਮਾਂ ਬਾਪ ਦੀ ਇੱਜ਼ਤ ਬਰਕਰਾਰ ਰੱਖੀ ਇਹਨਾਂ ਨੇ, ਔਰ ਇਸੇ ਤਰ੍ਹਾਂ ਹੀ ਅੱਗੋਂ ਬੱਚੇ ਵੀ ਉਸੇ ਚੱਲਣ 'ਤੇ ਨੇ, ਵਧੀਆ ਆ। ਅੱਛਾ ਭੈਣ ਜੀ, ਤੁਸੀਂ ਤਾਂ ਗਾਇਕੀ ਲਾਈਨ 'ਚ ਆ ਕੇ, ਫਿਰ ਤੁਹਾਡਾ ਐਕਸਪੀਰੀਅੰਸ, ਜੇ ਆਪਾਂ ਤੁਹਾਨੂੰ ਇਹ ਪੁੱਛੀਏ ਵੀ ਕੀ ਕਹਿਣਾ ਚਾਹੋਗੇ, ਜਿਹੜੀਆਂ ਕੁੜੀਆਂ ਨਵੀਆਂ ਤੁਹਾਨੂੰ ਆਦਰਸ਼ ਮੰਨਦੀਆਂ ਨੇ, ਗਾਇਕ ਬਣਨਾ ਚਾਹੁੰਦੀਆਂ ਨੇ, ਕੀ ਉਹਨਾਂ ਨੂੰ ਕਹਿਣਾ ਚਾਹੋਗੇ, ਕਿੱਦਾਂ ਦੀ ਲਾਈਨ? ਅੱਜ ਕੱਲ੍ਹ ਆਦਰਸ਼ ਅਸੀਂ ਤਾਂ ਕੁਛ ਵੀ ਨਹੀਂ ਹੈਗੇ ਜੀ, ਅੱਜ ਕੱਲ੍ਹ ਦੇ ਬੱਚੇ ਜੋ ਗਾ ਰਹੇ ਹੈ ਜੀ, ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਹੈਗੇ ਜੀ।
ਅੱਜ ਕੱਲ ਦੇ ਬੱਚੇ ਇੰਨਾ ਸੋਹਣਾ ਗਾ ਰਹੇ ਹੈ ਜੀ, ਅਸੀਂ ਕਿਉਂ ਕਹੀਏ ਬੁਰਾ ਗਾ ਰਹੇ ਹੈ, ਬਹੁਤ ਅੱਛਾ ਗਾ ਰਹੇ ਨੇ, ਬਹੁਤ ਅੱਛੀ ਗਾਇਕੀ ਆ ਰਹੀ ਹੈ ਜੀ। ਸਾਡੇ ਸਮੇਂ 'ਚ ਤਾਂ ਐਡੀ ਵਧੀਆ ਕੋਈ ਗਾਇਕੀ ਹੁੰਦੀ ਨਹੀਂ ਸੀ, ਸਿੱਧਾ ਸਿੱਧਾ ਗਾਉਂਦੀਆਂ ਸੀ ਕੁੜੀਆਂ ਤੇ ਸਿੱਧਾ ਸਿੱਧਾ ਖੜ ਕੇ ਇੱਦਾਂ ਵੀ ਤੂੰ ਇੱਥੋਂ ਹੁਣ ਹਿੱਲਣਾ ਨਹੀਂ ਜੀ, ਇੱਦਾਂ ਖੜ ਜਾਣਾ ਤੇ ਬਸ ਬਸ ਗਾਓ ਜੀ, ਠੀਕ ਹੈ ਨਾ। ਕੁੜੀ ਨੇ ਕੁਛ ਬੋਲਣਾ, ਉਹੀ ਆਦਤ ਸਾਨੂੰ ਪਈ ਹੋਈ ਹੈ, ਸਟਿਲ ਹੋ ਕੇ ਇੱਕ ਜਗ੍ਹਾ ਗਾਣਾ ਤੇ ਸਾਡਾ ਸਾਡਾ ਉਹ ਰਿਵਾਜ ਹੁੰਦਾ ਸੀ ਉਦੋਂ ਤੇ ਅੱਜ ਕੱਲ੍ਹ ਕੁੜੀਆਂ ਤਾਂ ਐਕਟ ਕਰਦੀਆਂ ਨੇ, ਇੰਨਾ ਸੋਹਣਾ ਗਾਉਂਦੀਆਂ ਨੇ, ਇੰਨੇ ਬੱਚੇ ਸੁਰੀਲੇ ਨੇ, ਦੱਸ ਨਹੀਂ ਸਕਦੇ ਤੁਹਾਨੂੰ। ਨਹੀਂ ਸੁਰੀਲੇ ਤਾਂ ਹੈਗੇ, ਮੈਂ ਉਸ ਦੌਰ 'ਚ ਵੀ ਉਹ ਇੱਕ ਸੁਰੀਲੇ ਹੋਣਾ ਜਾਂ ਨਾ ਹੋਣਾ ਮੈਂ ਅਲੱਗ ਮੁੱਦਾ, ਮੇਰੇ ਕਹਿੰਦਾ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਲਾਈਨ ਬਾਰੇ ਲੜਕੀਆਂ ਨੂੰ, ਇਸ ਲਾਈਨ 'ਚ ਆਉਣਾ ਚਾਹੀਦਾ ਹੈ ਕਿ ਜਾਂ ਨਹੀਂ ਆਉਣਾ ਚਾਹੀਦਾ? ਕੋਈ ਮਾੜੀ ਲਾਈਨ ਨਹੀਂ ਹੈਗੀ ਜੀ, ਅੱਜ ਦਿਨ ਤੱਕ ਸਾਨੂੰ ਤਾਂ ਕੋਈ ਕੋਈ ਇਦਾਂ ਦੀ ਘਟਨਾ ਨਹੀਂ ਸਾਡੇ ਨਾਲ ਵਾਪਰੀ, ਇੱਜ਼ਤ ਹੀ ਮਿਲੀ ਹੈ, ਬਹੁਤ ਨਾਮ ਕਮਾਇਆ, ਇੰਨਾ ਮੈਂ ਕਹਿੰਦੀ ਮੈਂ ਸੋਚ ਵੀ ਨਹੀਂ ਸਕਦੀ ਸੀਗੀ ਕਿ ਇੰਨੀ ਦੁਨੀਆ 'ਚ ਅਸੀਂ ਘੁੰਮਣਾ ਆ, ਇੰਨਾ ਸਾਨੂੰ ਪਬਲਿਕ ਨੇ, ਦਰਸ਼ਕਾਂ ਨੇ ਇੰਨਾ ਸਾਨੂੰ ਪਿਆਰ ਦੇਣਾ ਆ, ਬਹੁਤ ਜ਼ਿਆਦਾ ਮਾਣ। ਗੱਲਾਂ ਦੋ ਨੇ ਭਾਜੀ ਮੁੱਕਦੀਆਂ, ਜਿਸ ਤਰ੍ਹਾਂ ਗਾਇਕੀ ਦੇ ਖੇਤਰ ਦੇ ਵਿੱਚ ਜੇ ਤਾਂ ਤੁਸੀਂ ਲੌਂਗ ਰੂਟ ਦੇ ਵਿੱਚ ਜਾਣਾ ਆ, ਲੰਬੇ ਸਫ਼ਰ ਤੱਕ ਜਾਣਾ ਆ, ਠੀਕ ਹੈ ਜੀ, ਫਿਰ ਤਾਂ ਤੁਹਾਨੂੰ ਰੀਸ ਕਰਨੀ ਚਾਹੀਦੀ ਹੈ ਸੁਰਿੰਦਰ ਕੌਰ ਜੀ ਦੀ, ਨਰਿੰਦਰ ਬੀਬਾ ਜੀ ਦੀ, ਠੀਕ ਹੈ ਜੀ। ਅਗਰ ਜੇ ਮੁੰਡਿਆਂ ਨੇ ਲੰਬੇ ਦੌਰ ਨੂੰ ਜਾਣਾ ਆ ਤਾਂ ਕੁਝ ਮਿਸਾਲਾਂ ਤੁਹਾਡੇ ਸਾਹਮਣੇ ਖੜੀਆਂ ਨੇ, ਠੀਕ ਹੈ ਜੀ, ਜਿਨ੍ਹਾਂ ਦੇ ਵਿੱਚੋਂ ਕੁਲਦੀਪ ਮਾਣਕ ਜੀ, ਸੁਰਿੰਦਰ ਛਿੰਦਾ ਜੀ, ਮੁਹੰਮਦ ਸਦੀਕ ਸਾਹਿਬ, ਕਰਤਾਰ ਰੰਭਲਾ ਜੀ ਆਪਣਾ ਸਫ਼ਰ ਪਾਰ ਕਰ ਗਏ ਹੈ, ਠੀਕ ਹੈ ਜੀ। ਮੈਂ ਤਾਂ ਇਹੀ ਗੱਲ ਕਹਾਂਗਾ ਵੀ ਤੁਸੀਂ ਜੇ ਦੂਜੀ ਗੱਲ ਜਿਹੜੀ ਮੇਨ ਹੈ ਆਪਣੇ ਕਲਚਰ ਦੇ ਵਿੱਚ ਰਹਿ ਕੇ ਗਾਓ, ਸੱਭਿਅਤਾ ਦੇ ਵਿੱਚ ਰਹਿ ਕੇ ਗਾਓ, ਉਹ ਤੁਹਾਡੀਆਂ ਗੱਲਾਂ ਜਿਹੜੀਆਂ ਕਿ ਘਰ ਬੈਠੇ ਕਿਸੇ ਟਾਈਮ ਵੀ ਸੁਣ ਸਕਦੇ ਹਾਂ। ਇਹ ਨਾ ਗਾਓ ਵੀ ਸਾਡਾ ਗੀਤ ਟੀ ਵੀ ਤੋਂ 2 ਮਹੀਨੇ ਚੱਲ ਗਿਆ ਤਾਂ ਅਸੀਂ ਹਿੱਟ ਹੋ ਗਏ, ਡੀਜੇ 'ਤੇ ਚੱਲ ਗਿਆ ਹਿੱਟ ਹੋ ਗਏ, ਚੀਜ਼ਾਂ ਐਸੀਆਂ ਗਾਓ ਜਿਹੜੀਆਂ ਕਿ ਤੁਹਾਡਾ ਪਰਿਵਾਰ ਵੀ ਸੁਣੇ, ਰਿਸ਼ਤੇਦਾਰ ਵੀ ਸੁਣਨ, ਤੁਹਾਡੀ ਔਡੀਅੰਸ ਜਿਹੜੀ ਤੁਹਾਡੇ ਨਾਲ ਜੁੜੇ, ਠੀਕ ਹੈ ਜੀ। ਸਮਾਂ ਬਦਲਿਆ, ਸਮੇਂ ਦੀ ਰਫ਼ਤਾਰ ਬਦਲੀ, ਸਮਾਂ ਬਦਲ ਗਿਆ ਜੀ, ਬੇਸ਼ੱਕ ਬਦਲ ਗਿਆ, ਲੇਕਿਨ ਉਹਨਾਂ ਚੀਜ਼ਾਂ ਨੂੰ ਯਾਦ ਰੱਖੋ ਜਿਹੜੀ ਮੈਂ ਗੱਲ ਕਹਿਣ ਲੱਗਿਆ। ਸਮਾਂ ਬਦਲਿਆ, ਸਮੇਂ ਦੀ ਰਫ਼ਤਾਰ ਬਦਲੀ, ਅੱਜ ਕੱਲ੍ਹ ਹਰ ਇੱਕ ਬੰਦੇ ਦੀ ਸੋਚ ਵਿਚਾਰ ਬਦਲੀ, ਕਾਰੋਬਾਰ ਵਧਾਉਣ ਵਾਸਤੇ ਬੰਦਾ ਜਾਂਦਾ ਹੈ, ਕਾਰੋਬਾਰ ਬਦਲੀ, ਬਦਲੋ, ਜ਼ਰੂਰ ਬਦਲੋ, ਮੈਂ ਨਹੀਂ ਕਹਿੰਦਾ ਨਾ ਬਦਲੋ, ਪਰ ਦੋ ਚੀਜ਼ਾਂ ਯਾਦ ਰੱਖਿਓ, ਇੱਕ ਤਾਂ ਕਰਿਓ ਨਾ ਜੀ, ਦਸਾਂ ਗੁਰੂਆਂ ਦੀ ਦਿੱਤੀ ਹੋਈ ਸਿਰ ਦੀ ਦਸਤਾਰ ਬਦਲੀ, ਤਾਂ ਦੂਜਾ ਕਰਿਓ ਨਾ ਇਹਨਾਂ ਬਜ਼ੁਰਗਾਂ ਦੀ ਦਿੱਤੀ ਹੋਈ ਦੇਣ, ਆਪਣਾ ਪੰਜਾਬੀ ਸੱਭਿਆਚਾਰ ਬਦਲੀ, ਇਹ ਚੀਜ਼ਾਂ ਬਚਾ ਕੇ ਰੱਖੋ, ਤੁਸੀਂ ਕਦੇ ਮਾਰ ਨਹੀਂ ਖਾਓਗੇ, ਇਹਨਾਂ ਨੂੰ ਯਾਦ ਰੱਖੋ, ਇਸ ਇਹਨਾਂ ਚੀਜ਼ਾਂ ਨੂੰ ਗਾਓ। ਹੋਰ ਬਹੁਤ ਤੁਹਾਡੇ ਕੋਲ ਗਾਉਣ ਵਾਲਾ ਸੁਥਰਾ ਸੁਥਰਾ ਮੈਟਰ ਹੈ, ਜੇ ਤੁਸੀਂ ਹਾਸੇ ਮਜ਼ਾਕ ਨੂੰ ਵੀ ਗਾਉਣਾ ਤਾਂ ਬਹੁਤ ਵਧੀਆ ਮੈਟਰ ਹੈ ਤੁਹਾਡੇ ਕੋਲ, ਵਧੀਆ ਗਾਓ, ਤੁਹਾਨੂੰ ਕਦੇ ਵੀ ਤੁਸੀਂ ਪਿੱਛੇ ਨਹੀਂ ਜਾਓਗੇ, ਇਹੀ ਸਾਡਾ ਇੱਕ ਸੁਨੇਹਾ ਆ ਦੋਹਾਂ ਦਾ। ਬਹੁਤ ਵਧੀਆ ਮੈਸੇਜ ਜੀ, ਲੇਕਿਨ ਭੈਣ ਜੀ ਜੇ ਆਪਾਂ ਉਸ ਦੌਰ ਦੀ ਗੱਲ ਕਰੀਏ ਜਦੋਂ ਤੁਸੀਂ ਚਮਕੀਲਾ ਜੀ ਨਾਲ ਜਾਂ ਰਮਲਾ ਜੀ ਨਾਲ ਅਖਾੜੇ ਲਾਉਂਦੇ ਰਹੇ, ਉਸ ਦੌਰ ਦੇ ਵਿੱਚ ਕੀ ਹੁੰਦਾ ਸੀਗਾ, ਇੱਕ ਸਪੀਕਰ ਹੋਣਾ, ਇੱਕ ਢੋਲਕ ਵਾਲਾ, ਇੱਕ ਵਾਜੇ ਵਾਲਾ, ਹਾਂਜੀ, ਔਰ ਮਾਈਕ ਤੋਂ ਤੁਸੀਂ ਗੱਠ ਪਿੱਛੇ ਖੜ ਕੇ ਗਾਉਂਦੇ ਸੀਗੇ ਜੀ ਜੀ, ਮਾਣਕ ਭਾਈ ਐਡੀ ਦੂਰੋਂ ਆਉਂਦੇ ਹੁੰਦੇ ਸੀਗੇ, ਐਡੀ ਦੂਰੋਂ ਆਣਾ ਉਹਨਾਂ ਨੇ ਜੀ ਜੀ, ਉਹ ਦੇਖਣਾ ਸੀ ਭਾਜੀ ਜੀ, ਮਾਈਕ ਤੋਂ ਪਿੱਛੇ ਹਟ ਕੇ ਵੀ ਗਾਉਂਦੇ ਸੀ ਨਾ ਜੀ, ਤਾਂ ਮਾਈਕ ਹੁੰਦਾ ਪਤਾ ਕਿੱਥੇ ਸੀ, ਬਾਲਟੀ 'ਚ ਰੇਤਾ ਪਾ ਕੇ ਇੱਟਾਂ ਲਾ ਕੇ ਡੰਡੇ ਨਾਲ ਬੰਨਿਆ ਹੁੰਦਾ ਸੀ, ਮਾਈਕ ਸਟੈਂਡ ਨਹੀਂ ਸੀ ਹੁੰਦੇ, ਅਸੀਂ ਉਹ ਦੌਰ ਦੇ ਗਾਇਆ ਹੋਇਆ, ਉਹ ਸਟੈਂਡ ਨਹੀਂ ਸੀ ਹੁੰਦੇ, ਗੱਡੇ ਦੇ ਉੱਪਰ ਸਟੇਜ ਬਣਾ ਦੇਣੀ ਹੈ। ਹਾਂ, ਔਰ ਤੁਹਾਡੀ ਉਹ ਅੱਜ ਵੀ ਰਿਕਾਰਡਿੰਗ ਮਿਲਦੀਆਂ, ਇੰਨੀ ਕਲੀਅਰ ਸੁਣ ਕੇ ਤੁਹਾਡੀ ਆਵਾਜ਼ ਮਜ਼ਾ ਆਉਂਦਾ, ਅੱਜ ਕੱਲ੍ਹ ਤੇ ਇੰਨਾ ਹੈਵੀ ਸਾਊਂਡ ਲਾਉਂਦੇ ਆ, ਹਾਂਜੀ, ਉਹ ਸਾਜ਼ਾਂ ਦਾ ਇੰਨਾ ਸ਼ੋਰ ਹੁੰਦਾ, ਹੁਣ ਗਾ ਨਹੀਂ ਸਕਦੇ, ਇੰਨੇ ਸਾਜ਼ ਹੁੰਦੇ ਨੇ, ਕੰਨ ਹੀ ਬੋਲੇ ਹੋ ਜਾਂਦੇ ਨੇ, ਮਤਲਬ ਕਿ ਬੰਦਾ ਗਾਵੇ ਕਿ ਸੁਣੇ ਸਾਜ਼ਾਂ ਨੂੰ। ਵੈਸੇ ਉਹ ਤੁਹਾਡੀ ਗੱਲ ਤੋਂ ਯਾਦ ਆ ਗਿਆ, ਰਮਲਾ ਜੀ ਅੱਜ ਵੀ ਜਦੋਂ ਅਖਾੜਾ ਲਾਉਂਦੇ ਸੀ ਨਾ, ਹਾਂਜੀ ਹਾਂਜੀ, ਉਹ ਪਹਿਲਾਂ ਕਹਿੰਦੇ ਸੀ ਖੜਕਾ ਘੱਟ ਥੱਲੇ ਰੱਖਦੇ ਸੀ, ਬਹੁਤ ਉਹਨਾਂ ਨੇ, ਜਦ ਤੱਕ ਉਹਨਾਂ ਨੂੰ ਨਹੀਂ ਨਾ ਪਤਾ ਲੱਗਣਾ ਕਿ ਤੁਸੀਂ ਆਵਾਜ਼ ਘੱਟ ਕਰੋ ਸਾਜ਼ਾਂ ਦੀ, ਹਾਂਜੀ ਹਾਂਜੀ, ਸਾਜ਼ਾਂ ਦੀ ਆਵਾਜ਼ ਘੱਟ ਕਰੋ ਵੀਰੇ, ਮੈਨੂੰ ਗਾ ਲੈਣ ਦਿਓ, ਮੈਨੂੰ ਗਾ ਲੈਣ ਦਿਓ, ਮੈਨੂੰ ਗਾ ਲੈਣ ਦਿਓ, ਸਾਡੀ ਆਵਾਜ਼ ਸੁਣ ਲੈਣ ਦਿਓ ਤੁਸੀਂ, ਤੂੰ ਬਾਅਦ 'ਚ ਵਜਾ ਕੇ ਸੁਣਾ ਦੀ ਇਹਨਾਂ ਨੂੰ ਯਾਰ। ਥੋੜ੍ਹਾ ਫਰਕ ਪੈ ਗਿਆ ਵੈਸੇ ਭੈਣ ਜੀ, ਜਿੰਨਾ ਕਿ ਮੈਂ ਸੋਚਦਾ ਕਿ ਉਦੋਂ ਗਾਇਕੀ ਸੁਣਨ ਦੀ ਚੀਜ਼ ਸੀਗੀ, ਅੱਜ ਦੇਖਣ ਦੀ ਬਣ ਗਈ ਹੈ, ਕਿਉਂ, ਕੀ ਖਿਆਲ ਹੈ ਤੁਹਾਡਾ? ਚਾਰ ਕਲਾਕਾਰ ਹੈ ਜੀ ਜੀ, ਛਿੰਦਾ ਜੀ, ਮਾਨਕ ਜੀ, ਸਦੀਕ ਜੀ ਤੇ ਰਮਲਾ ਜੀ ਜੀ, ਜਿਨ੍ਹਾਂ ਨੂੰ ਸਾਜ਼ਾਂ ਦੇ ਖੜਕੇ ਦੜਕੇ ਤੋਂ ਪਰਹੇਜ ਹੈ ਜੀ, ਉਹ ਕਹਿੰਦੇ ਲੋਕਾਂ ਨੇ ਪੈਸੇ ਸਾਨੂੰ ਸੁਣਨ ਦੇ ਦਿੱਤੇ, ਤੁਹਾਡੇ ਸਾਜ਼ਾਂ ਦੇ ਨਹੀਂ ਦਿੱਤੇ, ਠੀਕ ਹੈ, ਮੈਂ ਸਾਜ਼ਾਂ ਨੂੰ ਮਾੜਾ ਨਹੀਂ ਮੰਨਦਾ, ਸਾਜ਼ ਸਾਡੀ ਸੱਜੀਆਂ ਬਾਹਾਂ ਨੇ ਜੀ, ਪਰ ਉਹ ਜਿਹੜੀ ਆਵਾਜ਼ ਹੈ ਨਾ, ਉਹ ਸਰੋਤਿਆਂ ਦੇ ਤਾਂ ਹੀ ਪੱਲੇ ਪੈਂਦੇ ਆ ਲਫ਼ਜ਼, ਜੇ ਵੀ ਸਾਜ਼ਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੇ ਸੱਭਿਆਚਾਰਕ ਸਾਜ਼ ਉਹੀ 4-5 ਜਿਹੜੇ ਮੇਨ ਹੁੰਦੇ ਸੀ ਉਹ ਰੱਖੇ ਉਹਨਾਂ ਨੇ, ਅਤੇ ਬਾਕੀ ਅੱਜ ਕੱਲ੍ਹ ਤਾਂ ਖੜਕਾ ਦਲਕਾ ਦੇਖ ਲਓ ਕਿੱਡਾ ਆ, ਬਾਪੂ ਆਪਣਾ ਲਾਲ ਚੰਦ ਯਮਲਾ ਜੱਟ ਜੀ ਦੇ ਟਾਈਮ ਦੇਖ ਲਓ, ਇਕੱਲੀ ਤੂੰ, ਔਰ ਇਹਨਾਂ ਚਾਰ ਬੰਦਿਆਂ ਨੇ ਜੀ
इन्हां चार बंदियां ने कदे सीढ़ी ते नहीं गाया जी। कलाकार सीढ़ी ला के गाउंदे अजकल, अजकल दे मेरे ख्याल च कोई भी नहीं गाउंदा सी, ये ते अजकल ट्रेंड चलिया। इन्हां ने लाइव गाया, लाइव ही गा रहे आ, लाइव गाउंदे सारे पुराने कलाकार सिख के गाउंदे। हां जी, चलो दर्शकों सन साढ़े नाल बहुत ही प्रसिद्ध गायिका उषा किरण जी, जिहड़े बड़ी देर बाद तुहाडे रूबरू हो रहे हैं, क्योंकि तुसीं इन्हां दे अखाड़े देखदे हो, वख वख कलाकारां दे नाल इन्हां दी आवाज़ सुणदे हो, लेकिन मीडिया ते तुसीं थोड़ा घट देखदे हो मेरे ख्याल भैन जी, बहुत घट है ना सोशल मीडिया ते। अस तां भागां वाले सन ते बहुत अपने आप नूं कि तुसीं चरण पाए साडे घर। साडी ड्यूटी है जी, असीं ते देखो हीरे पंजाब दे प्रोग्राम शुरू करन दा मकसद ये है, बहुत जिन्ने बहुत स्वागत है तुहाडा, कलाकार आ सारिआं नूं असीं लब लब के रूबरू कर रहे हां। तो तुसी बाकी मेरे ख्याल च भैन जी दसन गए, तुसी हुण सोशल मीडिया से भी तुहानू सरगर्म होना चाहिए, थोड़ा फेसबुक वगैरह से आओ ताकि जिहड़े तुहाडे चाहण वाले तो उन्हां नाल जुड़ो, दोबारा रिकॉर्डिंग भी करो। काफ़ी ने भाजी गाने, काफ़ी ने यूट्यूब ते गाने ते है तो। हाँ जी हाँ जी, गाणियां दी ते कोई कमी नहीं है। हाँ जी, ते तुहाडी आवाज़ अज भी हुण दर्शकां नूं जिवें दर्शको तुसी सुनी है आवाज़ भैन जी दी, उवें कायम है पूरी, ते सारा कुछ महाराज दी कृपा। ते ਭਾਜੀ ਕਰਦੇ ਤੁਹਾਡਾ ਹੁਣ ਪੂਰਾ ਗਰੁੱਪ ਆ, ਮਿਊਜ਼ੀਕਲ ਗਰੁੱਪ ਆ, ਅਤੇ ਜਿਹੜਾ ਦੌਰ ਸਵਾਲ ਮੇਰੇ ਮਨ 'ਚ ਆ ਗਿਆ ਹੁਣ ਚੇਂਜ ਹੋ ਗਿਆ ਭਾਜੀ, ਮੋਜੀ ਭਾਜੀ ਉਹ ਟਾਈਮ ਜਦੋਂ ਜਾ ਕੇ ਜਹੀਰ ਸਾਹਿਬ ਦੇ ਤਰਲੇ ਕਰਨੇ, ਮੈਨੂੰ ਰਿਕਾਰਡ ਕਰ ਲਓ, ਅਤੇ ਇੱਕ ਅੱਜ ਦਾ ਦੌਰ ਹੁਣ ਤੁਹਾਨੂੰ ਲੱਗਦਾ ਨਹੀਂ ਸੌਖਾ ਹੋ ਗਿਆ ਅੱਗੇ ਆਉਣਾ? ਸੌਖਾ ਹੋ ਗਿਆ, ਬਹੁਤ ਸੌਖਾ ਹੋ ਗਿਆ, ਬਹੁਤ ਜ਼ਿਆਦਾ ਸੌਖਾ ਹੋ ਗਿਆ ਜੀ, ਬਹੁਤ ਜ਼ਿਆਦਾ ਸੌਖਾ ਹੋ ਗਿਆ। ਹੁਣ ਤਾਂ ਘਰ ਘਰ ਸਟੂਡੀਓ ਨੇ ਜੀ, ਘਰ ਘਰ ਸਟੂਡੀਓ ਆ, ਪਰ ਇੱਕ ਗੱਲ ਹੈ ਨਾ, ਸੌਖਾ ਹੋਣ ਕਰਕੇ ਨਾ ਵੀ ਜੋ ਮਰਜ਼ੀ ਗਾਈ ਜਾਓ, ਮਿਹਨਤ ਘਟਾਤੀ ਲੋਕਾਂ ਨੇ, ਇਹ ਵੀ ਗੱਲ ਹੈਗੀ, ਮਿਹਨਤ ਘਟਾਤੀ ਆ ਲੋਕਾਂ ਨੇ, ਉਹ ਮਿਹਨਤ ਜਿਹੜੀ ਤੁਸੀਂ ਕਰਕੇ ਜਾਂਦੇ ਸੀਗੇ ਦਿੱਲੀ, ਉਹ ਚੀਜ਼ ਮਿਸ ਹੋ ਗਈ ਕਿਤੇ। ਟੂ ਟਰੈਕ ਦੀ ਰਿਕਾਰਡਿੰਗ ਹੋਣੀ ਜੀ, ਸ਼ੁਰੂਆਤ ਕਰ ਲਈ ਜੀ, ਐਂਡ ਵਾਲੀ ਲਾਈਨ ਰਹਿ ਗਈ ਹੈ, ਤੁਸੀਂ ਉਹਦੇ ਵਿੱਚ ਇੱਕ ਲਫ਼ਜ਼ ਭੁੱਲ ਗਏ ਹੋ, ਸਾਰਾ ਕੈਂਸਲ, ਸਟਾਨਿਕ ਤੋਂ ਗਾਣਾ ਚੱਲੂ, ਉਹ ਹੁੰਦੀ ਹੈ ਰਿਕਾਰਡਿੰਗ। ਔਰ ਕੋਈ ਏਸੀ ਨਹੀਂ, ਕੋਈ ਪੱਖਾ ਨਹੀਂ, ਪਸੀਨੋ ਪਸੀਨੀ ਹੋਏ ਹੁੰਦੇ ਸੀਗੇ ਭੈਣ ਜੀ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ, ਔਰ ਭਾਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਆਏ, ਔਰ ਤੁਹਾਡੇ ਚਾਹੁਣ ਵਾਲੇ ਜਿਹੜੇ ਨੇ ਉਹਨਾਂ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੈਂ ਮੌਜੀ ਦੁਗਰੀ ਵਾਲਾ ਅਤੇ ਊਸ਼ਾ ਕਿਰਨ ਜੀ, ਅਸੀਂ ਹੀਰੇ ਪੰਜਾਬ ਦੇ ਟੀਮ ਦਾ ਤਹਿ ਦਿਲ ਤੋਂ ਸ਼ੁਕਰ ਅਦਾ ਕਰਦੇ ਹਾਂ, ਔਰ ਹੈਪੀ ਭਾਜੀ ਨੇ ਸਾਡੀ ਜ਼ਿੰਦਗੀ ਬਾਰੇ ਜੋ ਜਾਣਕਾਰੀ ਲਈ ਹੈ, ਅਤੇ ਆਸ ਰੱਖਦੇ ਹਾਂ ਕਿ ਅਸੀਂ ਸੱਚਾਈ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਅਤੇ ਉਹਨੂੰ ਤੁਸੀਂ ਕਬੂਲ ਕਰੋਗੇ, ਤਾਂ ਮੈਂ ਹੈਪੀ ਭਾਜੀ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ, ਹੀਰੇ ਪੰਜਾਬ ਦੇ ਦੀ ਸਾਰੀ ਟੀਮ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦਾ ਜੀ। ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਧੰਨਵਾਦ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।